ਸਵਾਗਤ, ਤੁਸੀਂ ਜੁੜ ਚੁੱਕੇ ਹੋ ਜੀ ਪ੍ਰਾਈਮ ਨਿਊਜ਼ ਵਿਦ ਜਸਵਿੰਦਰ ਯਾਰ ਦੇ ਨਾਲ ਤੇ ਮੈਂ ਗੁਰਸੇਵਕ। ਸਾਂਝ ਬਣਾਵਾਂਗੇ ਜੀ ਕੁਝ ਤਵੱਜੋ ਮੰਗਦੇ ਹੋਏ ਅਹਿਮ ਮਸਲਿਆਂ ਦੇ ਉੱਪਰ। ਔਰ ਸਾਡਾ ਅੱਜ ਦਾ ਪਹਿਲਾ ਜਿਹੜਾ ਮਾਮਲਾ ਹੈ ਜੀ ਪੰਜਾਬ ਦੇ DGP ਨਾਲ ਸੰਬੰਧਿਤ ਹੈ। ਮਾਣਯੋਗ ਕੋਰਟ ਦੁਆਰਾ ਪੁੱਛੇ ਗਏ ਬਹੁਤ ਸਾਰੇ ਪ੍ਰਸ਼ਨਾਂ ਦੇ ਉਹ ਉੱਤਰ ਨਹੀਂ ਕਰ ਪਾਏ ਔਰ ਇਹ ਮਸਲਾ ਜੁੜਦਾ ਜੀ ਲੌਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਨਾਲ। ਦੂਸਰੇ ਪਾਸੇ ਜ਼ਿਕਰ ਕਰਾਂਗੇ ਜੀ ਝੋਨੇ ਦੀ ਜਿਹੜੀ ਫਸਲ ਹੈ ਉਹਦੀ ਖਰੀਦੋ ਫਰੋਖਤ ਦੇ ਵਿੱਚ ਬਹੁਤ ਸਾਰੀਆਂ ਅੜਚਣਾਂ ਆ ਸਕਦੀਆਂ ਨੇ, ਕਿਉਂਕਿ ਸਾਡਾ ਜਿਹੜਾ ਮੰਡੀਕਰਨ ਬੋਰਡ ਹੈ ਜੀ ਉਹ ਇਸ ਵਕਤ ਆਪਣੇ ਆਖਰੀ ਸਾਹਾਂ ਦੇ ਉੱਪਰ ਹੈ। ਇਸ ਦੇ ਨਾਲ ਹੀ ਕੇਂਦਰ ਵੱਲੋਂ ਵੀ ਪਹਿਲਾਂ ਤੋਂ ਖਰੀਦੀ ਹੋਈ ਫਸਲ ਹਜੇ ਤੱਕ ਚੱਕੀ ਨਹੀਂ ਗਈ। ਵਕਤ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਿਕਰ ਕਰਾਂਗੇ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਚੀਫ ਜਸਟਿਸ ਦੀ ਜਿਹੜੀ ਮਿਲਣੀ ਹੈ ਉਹ ਕਿਉਂ ਸ਼ੱਕ ਦੀਆਂ ਨਜ਼ਰਾਂ ਦੇ ਨਾਲ ਦੇਖੀ ਜਾ ਰਹੀ ਹੈ। ਆਓ ਬਹੁਤਾ ਸਮਾਂ ਨਾ ਲੈਂਦੇ ਹੋਏ ਜਸਵਿੰਦਰ ਯਾਦ ਦਾ ਸਵਾਗਤ ਕਰਦੇ ਹਾਂ ਜੀ। ਆਇਆਂ ਨੂੰ ਜੀ ਬਹੁਤ ਬਹੁਤ ਧੰਨਵਾਦ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਤੁਹਾਨੂੰ ਕਿ ਤੁਸੀਂ ਸਾਡੇ ਪ੍ਰੋਗਰਾਮ ਨੂੰ ਜੁਆਇਨ ਕੀਤਾ। ਹਾਲਾਂਕਿ ਤੁਹਾਡੇ ਰੁਝੇਵੇਂ ਆ ਜਿਹੜੇ ਉਹ ਬਹੁਤ ਸਾਰੇ ਹੁੰਦੇ ਆ, ਪੂਰੇ ਦਾ ਪੂਰਾ ਟੈਕਨੀਕਲ ਕੰਮ ਤੁਸੀਂ ਵਿਰਾਸਤ ਮੀਡੀਆ ਦਾ ਦੇਖਦੇ ਹੋ, ਪਰ ਫਿਰ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਵਕਤ ਕੱਢਿਆ ਅਤੇ ਸਾਡੇ ਪ੍ਰੋਗਰਾਮ ਨੂੰ ਜੁਆਇਨ ਕੀਤਾ ਜੀ। ਧੰਨਵਾਦ ਜੀ। ਸਾਰ ਨੂੰ ਪਹਿਲਾਂ ਆਪਾਂ ਮੇਰੇ ਖਿਆਲ ਨਾਲ ਝਾਤ ਮਾਰ ਲੈਂਦੇ ਹਾਂ ਕਿਸਾਨੀ ਮਸਲਿਆਂ ਦੇ ਉੱਪਰ। ਮਾਣਯੋਗ ਕੋਰਟ ਨੇ ਜਿਹੜੀ ਕਮੇਟੀ ਬਣਾਈ ਸੀ ਜੀ ਉਹਨੇ ਪੁਲਿਸ ਤੋਂ ਹੁਣ ਤੱਕ ਦਾ ਰਿਕਾਰਡ ਮੰਗਿਆ, ਇਹਨੂੰ ਕਿਸ ਤਰੀਕੇ ਨਾਲ ਦੇਖਿਆ ਜਾਣਾ ਚਾਹੀਦਾ ਅਤੇ ਪੁਲਿਸ ਦੇ ਜਵਾਬਾਂ ਨੂੰ ਕਿਵੇਂ ਬਚ ਗਏ? ਗੁਰਸੇਵਕ, ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਪਹਿਲਾਂ ਇਹ ਕਮੇਟੀ ਹੀ ਸ਼ੱਕ ਦੇ ਘੇਰਿਆਂ 'ਚ ਰਹੀ ਜੀ। ਮੈਂ ਥੋੜ੍ਹਾ ਜਿਹਾ ਪਿੱਛੇ ਲੈ ਜਾਵਾਂ ਕਿ ਸ਼ੰਭੂ ਮੋਰਚਾ, ਖਨੌਰੀ ਮੋਰਚਾ ਜਿਹੜਾ ਲੱਗਿਆ ਹੋਇਆ ਹੈ ਉਸ ਨੂੰ ਲੈ ਕੇ ਅੰਬਾਲੇ ਦੇ ਕੱਪੜਾ ਵਪਾਰੀ ਅਤੇ ਹੋਰ ਵਪਾਰੀਆਂ ਨੇ ਕਿਹਾ ਸੀ ਕਿ ਸਾਡਾ ਜਿਹੜਾ ਕਾਰੋਬਾਰ ਆ ਉਹਦੇ 'ਤੇ ਅਸਰ ਪੈ ਰਿਹਾ, ਲਗਾਤਾਰ ਸੜਕ ਬੰਦ ਹੈ ਅਤੇ ਅਸੀਂ ਘਾਟੇ 'ਚ ਜਾ ਰਹੇ ਹਾਂ ਜੀ। ਇਹ ਕੋਰਟ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਗਿਆ ਸੀ ਅਤੇ ਹਾਈ ਕੋਰਟ ਨੇ ਕਹਿ ਦਿੱਤਾ ਸੀ ਕਿ ਹਾਂ ਰਸਤੇ ਦੇ ਸੰਬੰਧ ਵਿੱਚ ਹਰਿਆਣੇ ਦੀ ਸਰਕਾਰ ਹੈ ਜਿਹੜੀ ਉਹ ਦੇਖੂਗੀ ਜੀ। ਪਰ ਇਹ ਚਲੋ ਮੈਂ ਉਹਦੇ 'ਚ ਨਹੀਂ ਜਾਂਦਾ ਇਹ ਫੈਸਲਾ ਕਿਵੇਂ ਆਇਆ ਜਾਂ ਕਿਹੋ ਜਿਹਾ ਆਇਆ। ਉਸ ਤੋਂ ਬਾਅਦ ਇਹ ਪੂਰੇ ਦਾ ਪੂਰਾ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਚਲਾ ਗਿਆ ਸੀ ਅਤੇ ਮਾਨਯੋਗ ਸੁਪਰੀਮ ਕੋਰਟ ਨੇ ਸਾਰਾ ਕੁਝ ਸੁਣਨ ਤੋਂ ਬਾਅਦ ਕਿਹਾ ਸੀ ਕਿ ਕਿੰਨਾ ਕੁ ਚਿਰ ਇਹ ਮਸਲੇ ਕੋਰਟਾਂ 'ਚ ਆਉਂਦੇ ਰਹਿਣਗੇ, ਕਿੰਨਾ ਚਿਰ ਅਸੀਂ ਅਸਥਾਈ ਹੱਲ ਇਹਦੇ ਕੱਢਦੇ ਰਹਾਂਗੇ, ਕਿਉਂ ਨਾ ਇੱਕ ਕਮੇਟੀ ਬਣਾ ਦਈਏ ਰਾਜਾਂ ਦੇ ਖੇਤੀ ਨਾਲ ਸੰਬੰਧਿਤ ਮਾਹਰ ਲੋਕ ਪਾ ਕੇ। ਇੱਕ ਕਮੇਟੀ ਹੈ ਜਿਹੜੀ ਬਣਾਈ ਗਈ ਹੈ ਉਹ ਕਮੇਟੀ ਕਿਸਾਨਾਂ ਦੇ ਨਾਲ ਗੱਲ ਕਰੂਗੀ, ਮੰਗਾਂ ਲਊਗੀ। ਇਸ ਤੋਂ ਇਲਾਵਾ ਹੁਣ ਤੀਕਰ ਦੇ ਮਸਲੇ, ਲਗਾਤਾਰ ਧਰਨਾ ਪ੍ਰਦਰਸ਼ਨ ਕਿਉਂ ਕਰਨਾ ਪੈ ਰਿਹਾ, ਉਹ ਕੀ ਚਾਹੁੰਦੇ ਨੇ, ਕਿੱਥੋਂ ਤੀਕਰ ਸਰਕਾਰਾਂ ਐਗਰੀ ਕਰਦੀਆਂ ਨੇ, ਕਹਿਣ ਦਾ ਭਾਵ ਪੂਰੇ ਮਾਮਲੇ ਦੀ ਘੋਖ ਪੜਤਾਲ ਕਰਕੇ ਉਹ ਰੱਖੂਗੀ ਜੀ। ਸਭ ਤੋਂ ਪਹਿਲਾਂ ਤਾਂ ਕਿਸਾਨ ਜਥੇਬੰਦੀਆਂ ਜਿਹੜੀਆਂ ਖਨੌਰੀ ਅਤੇ ਸ਼ੰਭੂ ਦੇ ਉੱਤੇ ਨੇ ਉਹਨਾਂ ਨੇ ਖਾਸ ਕਰਕੇ ਕਹਿ ਤਾ ਅਸੀਂ ਇਸ ਕਮੇਟੀ ਨਾਲ ਗੱਲ ਹੀ ਨਹੀਂ ਕਰ ਰਹੇ ਜੀ। ਕਿਉਂ? ਉਹ ਕਹਿੰਦੇ ਕਿ ਤੁਸੀਂ ਸਾਡੇ ਨਾਲ ਗੱਲ ਤਾਂ ਕਰ ਸਕਦੇ ਹੋ, ਕੀ ਤੁਹਾਡੇ ਕੋਲ ਫੈਸਲੇ ਲੈਣ ਦੀ ਸਮਰੱਥਾ ਹੈ? ਇੱਥੋਂ ਤੱਕ ਕਹਿੰਦੇ ਸੀ ਕਿਸਾਨ ਕਿ ਇਹ ਤਾਂ ਮੂੰਹ ਸੁੰਘਣ ਭੇਜੇ ਨੇ ਜੀ ਕਿ ਸਾਡੇ ਤੋਂ ਗੱਲ ਕਢਾਈ ਜਾਊਗੀ ਤੇ ਪੁੱਛਿਆ ਜਾਊਗਾ ਕਿ ਘੱਟ ਤੋਂ ਘੱਟ ਕੀ ਹੋ ਸਕਦਾ ਹੈ, ਵੱਧ ਤੋਂ ਵੱਧ ਕੀ ਹੋ ਸਕਦਾ, ਉਹ ਸਾਰੀ ਚੀਜ਼ ਨੂੰ ਜਾ ਕੇ ਦੱਸਿਆ ਜਾਊਗਾ। ਉਸ ਤੋਂ ਬਾਅਦ ਅਗਲੀ ਸਟ੍ਰੈਟਜੀ ਜਿਹੜੀ ਗੌਰਮੈਂਟ ਹੈ ਉਹ ਅਲੀਕੂਗੀ ਜੀ। ਸ਼ੁਰੂ 'ਚ ਤਾਂ ਇਸ ਕਮੇਟੀ ਨੂੰ ਮੀਟਿੰਗ ਦੇਣ ਨੂੰ ਕਿਸਾਨ ਤਿਆਰ ਨਹੀਂ ਸੀ, ਪਰ ਆਹ ਹੁਣ ਇੱਕ ਮੀਟਿੰਗ ਇਹਨਾਂ ਦੀ ਹੋ ਗਈ ਹੈ। ਕਿਸਾਨ ਜਥੇਬੰਦੀਆਂ ਅਤੇ ਮਾਨਯੋਗ ਸੁਪਰੀਮ ਕੋਰਟ ਦੀ ਬਣਾਈ ਹੋਈ ਕਮੇਟੀ ਪਹਿਲੀ ਮੀਟਿੰਗ ਵਿੱਚ ਜਦੋਂ ਬੈਠੇ ਨੇ ਤਾਂ ਉਸ ਕਮੇਟੀ ਨੇ ਪੁਲਿਸ ਨੂੰ ਪੁੱਛਿਆ, ਹੈਰਾਨੀ ਵਾਲੀਆਂ ਗੱਲਾਂ ਨੇ ਸਾਡੇ ਸਿਸਟਮ ਵਿੱਚ ਜੀ, ਕਿ ਹੁਣ ਤੀਕਰ ਤੁਸੀਂ ਕਿਸਾਨ ਜਥੇਬੰਦੀਆਂ ਦੀਆਂ ਕਿੰਨੀਆਂ ਮੀਟਿੰਗਾਂ ਕਰਵਾਈਆਂ ਨੇ ਕਿਸਾਨੀ ਮਸਲਿਆਂ ਉੱਤੇ ਜੀ? ਉਹ ਕਹਿੰਦੇ ਜੀ ਹੁਣ ਤੀਕਰ ਅਸੀਂ 50 ਕੁ ਦੇ ਕਰੀਬ ਜਿਹੜੀਆਂ ਉਹ ਮੀਟਿੰਗਾਂ ਕਰਵਾ ਚੁੱਕੇ ਹਾਂ। ਇਹ ਕਿਹੜੇ ਕਿਹੜੇ ਪੱਧਰ 'ਤੇ ਹੋਈਆਂ? ਕੁਝ ਤਾਂ ਹੋਈਆਂ ਨੇ ਡਿਪਟੀ ਕਮਿਸ਼ਨਰ ਦੇ ਪੱਧਰ ਦੇ ਉੱਤੇ ਜੀ, ਕੁਝ ਹੋਈਆਂ ਨੇ ਪੁਲਿਸ ਦੇ ਅਧਿਕਾਰੀਆਂ ਨਾਲ, ਪਰ ਮੈਨੂੰ ਇਹ ਨਹੀਂ ਸਮਝ ਆਈ ਕਿ ਇਹ ਜਿਹੜੀਆਂ ਮੀਟਿੰਗਾਂ ਹੈ
ਕੇਂਦਰ ਦੇ ਕਿਸੇ ਐਗਰੀਕਲਚਰ ਡਿਪਾਰਟਮੈਂਟ ਨਾਲ ਹੋਈਆਂ, ਐਗਰੀਕਲਚਰ ਸੈਕਟਰੀ ਦੇ ਨਾਲ ਹੋਈਆਂ, ਮੰਤਰੀ ਨਾਲ ਹੋਈਆਂ, ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਹੋਈਆਂ, ਪੰਜਾਬ ਦੇ ਮੁੱਖ ਮੰਤਰੀ ਨਾਲ ਜ਼ਰੂਰ 3 ਮੀਟਿੰਗਾਂ ਹੋਈਆਂ। ਉਹ ਕਿਹੜੇ ਵਿਸ਼ੇ 'ਤੇ ਹੋਈਆਂ? ਜਦੋਂ ਸ਼ੁਭ ਕਰਨ ਦੀ ਮੌਤ ਹੁੰਦੀ ਹੈ, ਉਹ ਜਿਹੜਾ ਦੌਰ ਸੀ, ਜਿਹੜਾ ਬਹੁਤ ਜ਼ਿਆਦਾ ਆਪਾਂ ਕਹਿ ਦਈਏ ਕਿ ਇੱਕ ਭੱਖ ਗਿਆ ਮਾਹੌਲ ਸੀ, ਉਹਦੇ ਵਿੱਚ 3 ਮੀਟਿੰਗਾਂ, ਉਹ ਵੀ ਕਿਤੇ ਨਾ ਕਿਤੇ ਵਿਚੋਲਗੀ ਭਰੀਆਂ ਸੀ। ਮਾਨ ਸਾਹਿਬ ਵਿਚੋਲਗੀ ਕਰ ਰਹੇ ਸੀ ਉਸ ਮੀਟਿੰਗ ਵਿੱਚ, ਕੋਈ ਡਿਸੀਜਨ ਲੈਣ ਵਾਲੇ ਤਰੀਕੇ ਨਾਲ ਨਹੀਂ ਬੈਠੇ ਸੀ। ਕੇਂਦਰ ਦੇ ਮੰਤਰੀ ਬੈਠੇ ਸੀ, ਮਾਨ ਸਾਹਿਬ ਬੈਠੇ ਸੀ, ਤਾਂ ਖੈਰ ਉਹ ਖਬਰ ਤਾਂ ਖੈਰ ਬਹੁਤ ਵੱਡੀ ਬਣਾਉਂਦੇ ਸੀ ਕਿ ਅਸੀਂ ਰਾਤ ਦੇ 3-3 ਵਜੇ ਤੱਕ ਕਿਸਾਨਾਂ ਨਾਲ ਮੀਟਿੰਗ ਵਿੱਚ ਰਹੀ, ਜਿਹੜਾ ਅਖੀਰ ਤੇ ਕਹਿੰਦੇ ਜੀ ਮੀਟਿੰਗਾਂ ਬੇਸਿੱਟਾ ਰਹੀਆਂ, ਫਿਰ ਉਹਦੇ ਕਾਰਨ ਇਹ ਕਹਿ ਸਕਦੇ ਹਾਂ ਉਹ ਬਿਲਕੁਲ ਖੈਰ ਜਦੋਂ ਕਹਿੰਦੇ ਨਾ ਕਿ ਤੁਹਾਡੇ ਕੋਲ ਕੋਈ ਪਾਵਰ ਨਹੀਂ ਹੋਊਗੀ, ਤਾਂ ਉਹ ਫਿਰ ਮੀਟਿੰਗਾਂ ਜਿਹੜੀਆਂ ਉਹ ਬੇਸਿੱਟਾ ਹੀ ਹੁੰਦੀਆਂ। ਇਹੀ ਗੱਲ ਤਾਂ ਕਿਸਾਨ ਗੁਰਸੇਵਕ ਹੁਣ ਕਹਿੰਦੇ ਸੀ ਨਾ ਕਿ ਤੁਸੀਂ ਸਾਡੇ ਨਾਲ ਬੈਠ ਰਹੇ ਹੋ, ਸਾਨੂੰ ਪੁੱਛ ਰਹੇ ਹੋ ਕਿ ਤੁਸੀਂ ਇੱਥੇ ਉਸ ਚੀਜ਼ ਦੀ ਅਥਾਰਟੀ ਰੱਖਦੇ ਹੋ। ਮਾਨਯੋਗ ਸੁਪਰੀਮ ਕੋਰਟ ਨੇ ਤੁਹਾਨੂੰ ਰਾਈਟ ਦਿੱਤਾ ਕਿ ਜੇ ਅਸੀਂ ਕਹਿ ਦਿੱਤਾ ਕਿ ਇੰਨੀਆਂ ਫਸਲਾਂ ਉੱਤੇ MSP ਤਾਂ ਹੈਗੀ ਆ, ਪਰ ਗਰੰਟੀ ਵੀ ਦਿਓ ਨਾਲ ਵੀ ਉਸ ਤਰੀਕੇ ਨਾਲ ਇਹ MSP ਤੇ ਖਰੀਦੀਆਂ ਜਾਣਗੀਆਂ। ਮੈਂ ਇੱਕ ਸਵਾਲ ਹੋਰ ਕਰਨਾ ਚਾਹੁੰਦਾ ਜੀ, ਇੱਥੇ ਕੀ ਜਿਹੜੀਆਂ ਇਹ ਕਮੇਟੀਆਂ ਸੀ, ਕਿਸੇ ਪ੍ਰਕਾਰ ਦਾ ਕੋਈ ਦਬਾਅ ਬਣਾਉਣ ਨੂੰ ਤਾਂ ਨਹੀਂ ਖੜੀਆਂ ਕੀਤੀਆਂ ਗਈਆਂ, ਜਾਂ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਸੀਗੀਆਂ, ਮਾਫ਼ ਕਰਨਾ ਮੈਂ ਇਹ ਕਹਿਣਾ ਚਾਹੁੰਦਾ ਸੀ, ਜਿਹੜੀਆਂ ਮੀਟਿੰਗਾਂ ਹੋ ਰਹੀਆਂ ਇਹਦੇ ਵਿੱਚ ਕਿਸੇ ਪ੍ਰਕਾਰ ਦਾ ਕਿਸਾਨਾਂ ਉੱਪਰ ਦਬਾਅ ਜਾਂ ਕੋਈ ਆਫਰਾਂ ਵੀ ਤੁਸੀਂ ਐਵੇਂ ਕਰ ਲਓ ਐਵੇਂ ਕਰ ਲਓ, ਦੇਖੋ ਉਸ ਪ੍ਰਕਾਰ ਦੀਆਂ ਤਾਂ ਨਹੀਂ ਸੀ। ਬਿਲਕੁਲ ਗੁਰਸੇਵਕ, ਤੁਹਾਡਾ ਸਵਾਲ ਠੀਕ ਹੈ ਕਿ ਦਬਾਅ ਨਹੀਂ ਮੈਂ ਕਹਿ ਸਕਦਾ, ਪਰ ਇਹ ਜ਼ਰੂਰ ਹੈ ਕਿ ਕਿਸਾਨਾਂ ਨੂੰ ਸੁਝਾ ਕੇ, ਬੁਝਾ ਕੇ, ਵਰਾ ਕੇ ਇੱਕ ਵਾਰੀ ਸੜਕ ਖਾਲੀ ਕਰਾ ਲਓ ਜੀ। ਇੱਕ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਕਿਹਾ ਸੀ ਅੰਬਾਲੇ ਦੇ DC ਸਾਹਿਬ ਨੂੰ, SSP ਸਾਹਿਬ ਨੂੰ, ਇੱਧਰ ਪਟਿਆਲੇ ਦੇ DC ਸਾਹਿਬ ਨੂੰ ਅਤੇ SSP ਸਾਹਿਬ ਨੂੰ ਕਿ ਤੁਸੀਂ ਬੈਠ ਕੇ ਮੀਟਿੰਗਾਂ ਕਰੋ ਜੀ। ਹੁਣ ਗੁਰਸੇਵਕ ਸਵਾਲ ਤੁਹਾਡਾ ਵਾਕਿਆ ਜੋ ਉਹਨੂੰ ਕਿ ਜੇਕਰ ਅੰਬਾਲੇ ਦੇ ਅਤੇ ਪਟਿਆਲੇ ਦੇ ਡਿਪਟੀ ਕਮਿਸ਼ਨਰ ਅਤੇ SSP ਸਾਹਿਬ ਬੈਠਣਗੇ, ਉਹ MSP ਥੋੜਾ ਦੇਣਗੇ ਜੇ ਮਸਲਾ ਇੰਨਾ ਨਿੱਕਾ ਹੁੰਦਾ ਤਾਂ ਫਿਰ ਦਿੱਲੀ ਜਾਣ ਦਾ ਮਸਲਾ ਵੀ ਨਹੀਂ ਬਣਨਾ ਸੀ। ਨਹੀਂ ਬਣਨਾ ਸੀ, ਉਹ MSP ਥੋੜਾ ਦੇਣਗੇ, ਉਹ ਤਾਂ ਘੱਟੋ ਘੱਟ ਤਜਵੀਜ਼ਾਂ ਹੀ ਮੰਗਣਗੇ ਨਾ, ਉਹ ਤਾਂ ਭਰੋਸਾ ਹੀ ਦੇਣਗੇ। ਪੁਲਿਸ ਦਾ ਕੰਮ ਕੀ ਹੁੰਦਾ? ਪੁਲਿਸ ਦਾ ਕੰਮ ਹੁੰਦਾ ਹੈ ਕਿ ਅੰਦੋਲਨਕਾਰੀਆਂ ਨੂੰ ਪਹਿਲਾਂ ਸਹਿਜ ਤਰੀਕੇ ਨਾਲ, ਫਿਰ ਪੋਲੇ ਲਾਠੀਚਾਰਜ ਨਾਲ, ਅਤੇ ਫਿਰ ਜਿਵੇਂ ਕਿਵੇਂ ਵੀ ਜਿਹੜਾ ਉਹ ਉਠਾਇਆ ਜਾਵੇ। ਕਦੇ ਦੇਖਿਆ ਕਿ ਪੁਲਿਸ ਸਮਝੌਤੇ ਕਰਾ ਦੇ? ਪਰ ਇੱਥੇ ਜਦੋਂ ਪਹਿਲੀ ਵਾਰੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਸਮਝੌਤੇ ਤੋਂ, ਭਾਵ ਉਹ ਨਹੀਂ ਕਿ ਜਿਹੜੇ ਥਾਣਿਆਂ ਦੇ ਵਿੱਚ ਜਾਂਦੇ ਹੁੰਦੇ ਕਿ ਦੋ ਧਿਰਾਂ ਲੜਪੀਆਂ, ਸਮਝੌਤਿਆਂ ਤੋਂ ਭਾਵ ਹੈ ਕਿ ਜਦੋਂ ਸਟੇਟ ਦੇ ਨਾਲ ਟੱਕਰ ਹੁੰਦੀ ਹੈ ਨਾ ਜਥੇਬੰਦੀਆਂ ਦੀ, ਉਦੋਂ ਪੁਲਿਸ ਦੀ ਟ੍ਰੇਨਿੰਗ ਦਾ ਪਾਰਟ ਹੀ ਹੈ ਨਹੀਂ ਸਮਝੌਤੇ। ਬਿਲਕੁਲ, ਉਹਨਾਂ ਦਾ ਤਾਂ ਹੈਗਾ ਸ਼ਾਂਤੀ ਬਹਾਲੀ ਰੱਖਣਾ। ਤਾਂ ਇੱਥੇ ਮੈਂ ਤੁਹਾਨੂੰ ਹੋਰ ਗੱਲ ਦੱਸਦਾ, ਜਿਹੜੇ ਪੁਲਿਸ ਦੇ ਦੋ ਅਧਿਕਾਰੀ ਮੂਹਰੇ ਲਾਏ ਆ ਜੀ, ਉਹ ਰਿਟਾਇਰ ਅਧਿਕਾਰੀ ਹੈ। ਕੀ ਰਿਟਾਇਰ ਅਧਿਕਾਰੀ ਇਸ ਤਰੀਕੇ ਦੇ ਨਾਲ ਬਹੁਤ ਕੁਝ ਹੁੰਦਾ ਨਾ, ਉਹ ਕਹਿੰਦੇ ਨਾ ਸਹੁੰ ਖਾਧੀ ਜਾਂਦੀ ਹੈ ਕਿ ਮੈਂ ਭੇਦ ਗੁਪਤ ਰੱਖੂੰਗਾ ਜੀ, ਕਿ ਬਿਊਰੋਕਰੇਸੀ ਦਾ ਕਾਲ ਪੈ ਗਿਆ ਭਾਰਤ ਵਿੱਚ, ਪੰਜਾਬ ਵਿੱਚ, ਹਰਿਆਣੇ ਵਿੱਚ। ਜੇ ਤੁਸੀਂ ਇਹ ਦੋ ਅਧਿਕਾਰੀ ਲਾ ਕੇ ਚਾਹੁੰਦੇ ਹੋ ਕਿ ਅਸੀਂ ਇਹਨਾਂ ਮਸਲਿਆਂ ਨੂੰ ਹੱਲ ਕਰ ਦਿਆਂਗੇ, ਅਤੇ ਉਹ ਕਹਿੰਦੇ ਅਸੀਂ ਜੀ 50 ਮੀਟਿੰਗਾਂ ਕਰਾ ਦਿੱਤੀਆਂ, ਇਹ ਬਹੁਤ ਵੱਡਾ ਤੁਸੀਂ ਜਿਹੜਾ ਕੰਮ ਕਰ ਦਿੱਤਾ। ਜੇਕਰ ਇਸ ਹਿਸਾਬ ਦੇ ਨਾਲ ਕਿਸਾਨੀ ਅੰਦੋਲਨ ਜਿਹੜਾ ਪਹਿਲਾਂ ਹੋਇਆ ਸੀ ਉਹਦੇ ਵਿੱਚ ਤਾਂ ਗਿਣਤੀ ਨਹੀਂ ਰਹੀ ਹੋਣੀ ਮੀਟਿੰਗਾਂ ਦੀ, ਹਰ ਇੱਕ ਧਰਨੇ ਪ੍ਰਦਰਸ਼ਨ ਵਿੱਚ ASI ਤੋਂ ਲੈ ਕੇ ਬਹੁਤ ਵੱਡੇ ਅਫਸਰਾਂ ਤੱਕ ਮੀਟਿੰਗਾਂ ਹੁੰਦੀਆਂ ਰਹੀਆਂ ਜੀ। ਦੇਖੋ ਇਹ ਮੀਟਿੰਗਾਂ, ਨੰਬਰ ਆਫ ਮੀਟਿੰਗਸ ਤਾਂ ਹੋ ਸਕਦੀਆਂ, ਪਰ ਇਹ ਸੋਲਿਊਸ਼ਨ ਦਾ ਤਾਂ ਕੋਈ ਹੱਲ ਨਹੀਂ ਨਾ ਤਰੀਕਾ, ਵੀ ਹੱਲ ਦਾ ਤਾਂ ਕੋਈ ਤਰੀਕਾ ਨਹੀਂ। ਹੱਲ ਨਹੀਂ ਜਾਣਾ ਤਾਂ ਤੁਹਾਨੂੰ ਇੱਕ ਤਰੀਕੇ ਦੇ ਨਾਲ ਕੁਝ ਰਿਪੋਰਟਾਂ, ਤੁਸੀਂ ਐਗਰੀਕਲਚਰ ਨੀਤੀ ਉੱਤੇ ਗੱਲ ਕਰੋ ਜੀ, ਪੰਜਾਬ ਸਰਕਾਰ ਕਹਿੰਦੀ ਜੀ ਸਾਡੇ ਕੋਲ 1600 ਪੇਜ ਦਾ ਖਰੜਾ ਤਿਆਰ ਕਰਤਾ, 1600 ਪੇਜ ਦੋ ਜਿੰਦਿਆਂ 'ਚ ਰੱਖੀ ਬੈਠੇ ਹਾਂ ਜੀ, ਹੁਣ ਕਹਿੰਦੇ ਜੀ ਅਸੀਂ ਉਹ ਤੁਹਾਨੂੰ ਦੇ ਦਿਆਂਗੇ, ਤੁਸੀਂ ਉਸ ਨੂੰ ਫਰੋਲ ਲਿਓ, ਉਦੋਂ ਬਾਅਦ ਤੁਸੀਂ ਦੱਸ ਦਿਓ। ਅਤੇ ਇਦੋਂ ਪਹਿਲਾਂ ਜਿਨ੍ਹਾਂ ਨੇ ਬਣਾਇਆ ਉਹਨਾਂ ਨੇ ਜੱਕ ਮਾਰਿਆ ਬੈਠ ਕੇ, ਤੁਸੀਂ 1600 ਪੇਜ ਲਾਉਣ ਤੋਂ ਪਹਿਲਾਂ
ਹੀ ਕਿਸਾਨਾਂ ਦੀ ਰਾਇ ਲੈ ਲੈਂਦੇ, ਖੇਤੀ ਮਾਹਰਾਂ ਦੀ ਰਾਇ ਲੈ ਲੈਂਦੇ, ਅਰਥਸ਼ਾਸਤਰੀਆਂ ਦੀ ਰਾਇ ਲੈ ਲੈਂਦੇ। 1600 ਪੇਜ ਦਾ ਪਲੰਦਾ ਲਿਖਣ ਤੋਂ ਬਾਅਦ ਇਹਦਾ ਮਤਲਬ ਕੀ ਹੈ ਕਿ ਅਸੀਂ 2.5 ਸਾਲਾਂ 'ਚ 1600 ਪੇਜ ਦਾ ਪਲੰਦਾ ਲਿਖਿਆ, ਤੁਸੀਂ 2.5 ਸਾਲਾਂ 'ਚ 1600 ਪੇਜ ਦਾ ਪਲੰਦਾ ਜਿਹੜਾ ਉਹ ਫਰੋਲ ਲਓ। ਅਤੇ ਕਹਿੰਦੇ ਉੱਤੋਂ ਪੈ ਗਈ ਰਾਤ ਅਤੇ ਅੱਡੀ ਮੇਰੀ ਬਾਤ ਅਤੇ 5 ਸਾਲ ਹੋ ਜਾਣੇ। ਇਹੀ ਤਰੀਕੇ ਹੋਏ ਨਾ। ਹੁਣ ਇਹ ਠੀਕ ਹੈ, ਇੱਕ ਮੀਟਿੰਗ ਹੋ ਗਈ ਹੈ, ਪਰ ਇਸ ਮੀਟਿੰਗ ਵਿੱਚ ਇੱਕ ਵਾਰੀ ਪੁਲਿਸ ਦੇ ਰਿਟਾਇਰ ਅਧਿਕਾਰੀਆਂ ਨੇ ਰਿਕਾਰਡ ਦਿੱਤਾ ਕਿ ਅਸੀਂ ਜੀ 50 ਵਾਰੀ ਸੰਨ 'ਚ ਪਏ। ਸੌਖੀ ਗੱਲ ਤਾਂ ਇਹੀ ਹੈ ਨਾ, ਅਸੀਂ ਵਿਚੋਲਗੀ ਕੀਤੀ ਪਰ ਹੱਲ ਨਹੀਂ ਨਿਕਲੇ। ਪਰ ਜੇਕਰ ਇਸ ਬਣਾਈ ਹੋਈ ਕਮੇਟੀ ਨੇ ਇਹੀ ਹੱਲ ਕੱਢਣੇ ਆ ਤਾਂ ਮੈਂ ਅੰਤ ਕਰਦੇ ਆਪਣੀ ਖਬਰ ਦਾ, ਇਸ ਕਮੇਟੀ ਤੋਂ ਵੀ ਕੋਈ ਬਹੁਤ ਵੱਡੀ ਆਸ ਮੈਨੂੰ ਨਹੀਂ ਜਾਗਦੀ ਜੀ। ਆਸ ਤਾਂ ਰੱਖਣੀ ਚਾਹੀਦੀ ਹੈ ਜੀ, ਕਿਉਂਕਿ ਭੱਜ ਦੌੜ ਪੂਰੀ ਕਰ ਰਹੇ, ਤੁਸੀਂ ਇੱਕ ਕਹਾਣੀ ਵੀ ਸੁਣਾਉਂਦੇ ਹੋ ਜਦੋਂ ਪੰਥ ਨੂੰ ਰਾਜਾ ਬਣਾ ਤਾ ਸੀ। ਮੈਂ ਅਗਲੀ ਖਬਰ ਤੇ ਜਾਣ ਤੋਂ ਪਹਿਲਾਂ ਜੀ ਇੱਕ ਨਿੱਕਾ ਜਿਹਾ ਸਵਾਲ, ਤੁਸੀਂ ਬਿਊਰੋਕਰੇਸੀ ਤੇ ਖੜਾ ਕੀਤਾ, ਜਦੋਂ ਰਿਟਾਇਰਡ ਬੰਦੇ ਹਨਾ ਕਿਸੇ ਪਦ ਦੇ ਉੱਪਰ ਨਿਯੁਕਤ ਕੀਤੇ ਜਾਂਦੇ ਆ ਤੇ ਸਵਾਲ ਇਹ ਬਣਦਾ ਵੀ ਸਾਡੇ ਕੋਲੇ ਪਿੱਛੇ ਜਿਹੜਾ ਟੈਲੈਂਟ ਆ ਉਹਦੀ ਕੀ ਕਮੀ ਪੈ ਗਈ ਆ, ਫਿਰ ਉਹਨਾਂ ਅਫਸਰਾਂ ਨੂੰ ਉਹ ਤਨਖਾਹਾਂ ਦੇਣੀਆਂ, ਤੇ ਇੱਕ ਪਾਸੇ ਅਸੀਂ ਜਦੋਂ ਕੰਟਰੈਕਟ ਦੇ ਉੱਪਰ ਨਵੇਂ ਮੁਲਾਜ਼ਮ ਹਾਇਰ ਕਰਦੇ ਹਾਂ 8-8, 10-10 ਹਜ਼ਾਰ ਤੇ, ਇਹ ਕਿੱਧਰੋਂ ਜਾ ਰਹੀ ਹੈ ਜੀ ਗੱਲ? ਦੇਖੋ ਗੁਰਸੇਵਕ, ਇਹ 'ਚ 2 ਸਵਾਲ ਬਣਦੇ ਆ। ਇੱਕ ਤਾਂ ਹੈਗਾ ਕਿ ਰਿਟਾਇਰ ਬੰਦੇ ਨਿਯੁਕਤ ਕਰ ਲੈਣੇ ਜੀ, ਠੀਕ ਹੈ, ਤੁਸੀਂ ਐਕਸਪੀਰੀਅੰਸ ਦਾ ਫਾਇਦਾ ਲੈ ਸਕਦੇ ਹੋ, ਤੁਸੀਂ ਉਹਨਾਂ ਥਾਵਾਂ ਤੇ ਨਿਯੁਕਤ ਕਰ ਲਓ ਜਿੱਥੇ ਤੁਹਾਨੂੰ ਲੱਗਦਾ ਕਿ ਤਜਰਬਾ ਚਾਹੀਦਾ ਸਾਨੂੰ। ਕੋਈ ਚੇਅਰਮੈਨ ਲਾ ਦਿੱਤਾ ਬੋਰਡ ਦਾ, ਕਮਿਸ਼ਨਰ ਤੁਸੀਂ ਲਾ ਲਏ, ਜਾਂ ਵੱਖਰੇ ਵੱਖਰੇ ਥਾਵਾਂ ਦੇ ਉੱਤੇ ਸਲਾਹਕਾਰ ਰੱਖ ਲਏ, ਤਾਂ ਅਸੀਂ ਮੰਨਦੇ ਹਾਂ। ਪਰ ਇੱਥੇ ਜਿਹੜੇ 2 ਪੁਲਿਸ ਅਫਸਰ ਹੈ ਉਹਨਾਂ ਨੂੰ ਕੋਈ ਵਿਸ਼ੇਸ਼ ਅਹੁਦਾ ਵੀ ਨਹੀਂ ਦਿੱਤਾ ਗਿਆ ਜੀ, ਉਹਨਾਂ ਨੂੰ ਬਸ ਇੱਕ ਤਰੀਕੇ ਦੇ ਨਾਲ ਕਮਾਂਡ ਦਿੱਤੀ ਗਈ ਹੈ ਕਿ ਤੁਸੀਂ ਇਸ ਕਮਾਂਡ ਉੱਤੇ ਕੰਮ ਕਰਨਾ ਹੈ। ਤੁਹਾਡਾ ਸਵਾਲ ਠੀਕ ਹੈ ਕਿ ਸਾਡੇ ਕੋਲ ਕਿੰਨਾ ਟੈਲੈਂਟ ਹੈ, ਕਿੰਨਾ ਬ੍ਰੇਨ ਡਰੇਨ ਹੋ ਰਿਹਾ ਹੈ, ਅਸੀਂ ਹਰ ਦਿਨ ਰੌਲਾ ਪਾਉਂਦੇ ਹਾਂ ਕਿ ਪੰਜਾਬੀ ਮੁੰਡੇ ਕੁੜੀਆਂ ਦੇ ਜਹਾਜ਼ ਭਰ ਭਰ ਕੇ ਜਾਂਦੇ ਆ ਜੀ, ਪਰ ਜੇਕਰ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਯੂਥ ਉੱਤੇ ਵਿਸ਼ਵਾਸ ਹੀ ਨਹੀਂ ਪ੍ਰਗਟ ਕਰੋਗੇ ਤੇ ਤੁਹਾਨੂੰ ਲੱਗੂਗਾ ਕਿ ਇਹਨਾਂ ਤੋਂ ਇਹ ਮਸਲੇ ਹੱਲ ਨਹੀਂ ਹੋਣੇ, ਤਾਂ ਫਿਰ ਇਹ ਮਸਲੇ ਨਹੀਂ ਰੁਕਣਗੇ ਜੀ। ਇਹ ਬੇਰੁਜ਼ਗਾਰੀ ਵੀ ਨਹੀਂ ਰੁਕੂਗੀ, ਇਹ ਨਸ਼ੇ ਵੀ ਨਹੀਂ ਰੁਕਣਗੇ, ਇਹ ਗੈਂਗਸਟਰ ਵਾਲਾ ਸਿਸਟਮ ਵੀ ਨਹੀਂ ਰੁਕਣਾ, ਕਿਉਂਕਿ ਉਹ ਕਹਿੰਦਾ ਕਿ ਵਿਹਲਾ ਮਨ ਸ਼ੈਤਾਨ ਦਾ ਘਰ। ਬਿਲਕੁਲ, ਖਾਸ ਕਰਕੇ ਵਿਹਲਾ ਮਨ ਵੀ ਛੱਡੋ, ਵਿਹਲੀ ਜੇਬ ਸ਼ੈਤਾਨ ਦਾ ਘਰ ਹੋ ਜਾਂਦੀ ਹੈ। ਜੇ ਤੁਸੀਂ ਪਰਿਵਾਰ ਨੂੰ ਰੋਟੀ ਖਵਾਉਣੀ ਹੈ ਨਾ, ਫਿਰ ਤੁਹਾਡੇ ਮਸਲੇ ਹੁੰਦੇ ਨੇ ਕਿ ਅਸੀਂ ਸਿੱਧੇ ਤਰੀਕੇ ਨਾਲ ਪੁੱਠੇ ਤਰੀਕੇ ਨਾਲ ਭੁੱਖਾ ਢਿੱਡ, ਫਿਰ ਇਹ ਨਹੀਂ ਵੇਖਦਾ ਕਿ ਪਾਪ ਕੀ ਹੈ ਅਤੇ ਪੁੰਨ ਕੀ ਹੈ, ਸਹੀ ਕੀ ਹੈ ਅਤੇ ਗਲਤ ਕੀ ਹੈ। ਤੁਹਾਨੂੰ ਇਹ ਸੋਚਣਾ ਪਊਗਾ ਕਿ ਤੁਸੀਂ ਤਜਰਬੇ ਦਾ ਫਾਇਦਾ ਜ਼ਰੂਰ ਚੱਕ ਲਓ ਜੀ, ਪਰ ਉਹਨਾਂ ਪੋਸਟਾਂ ਲਈ ਜਿਨ੍ਹਾਂ ਪੋਸਟਾਂ 'ਤੇ ਤਜਰਬਾ ਚਾਹੀਦਾ। ਕਈ ਥਾਵਾਂ ਉੱਤੇ, ਚਲੋ ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਸਾਡੇ ਦਰਸ਼ਕ ਜਾਣਦੇ ਹੋਣਗੇ, ਇੱਕ ਮਿੰਟ 'ਚੋਂ ਦੱਸ ਵੀ ਦੇਣਗੇ, ਅਕਸਰ 10 ਵੀ ਦਿੰਦੇ ਨੇ, ਉਹ ਪੋਸਟਾਂ ਜਿਹੜੀਆਂ ਡੀ ਕਲਾਸ ਸੀ ਕਲਾਸ ਨੇ ਉਹਨਾਂ 'ਤੇ ਵੀ ਰਿਟਾਇਰਮੈਂਟ ਦੇਣ ਤੋਂ ਬਾਅਦ ਵਾਪਸ ਬੁਲਾ ਲਏ ਜਾਂਦੇ ਨੇ ਬੰਦੇ। ਇਹ ਤੁਹਾਡਾ ਸਵਾਲ ਸੀ ਕਿ ਇਹ ਕਿਉਂ ਹੋ ਰਿਹਾ, ਇਹਦੇ 'ਤੇ ਨੀਤੀ ਬਣਨੀ ਚਾਹੀਦੀ ਹੈ। ਅੱਜ ਅਸੀਂ ਦੇਖਿਆ ਨਾ, ਅੱਜ ਕਾਫੀ ਕੁਝ ਜਿਹੜਾ ਸ਼ਫਲ ਹੋਇਆ ਪੰਜਾਬ ਗਵਰਨਮੈਂਟ ਵਿੱਚ, ਕਾਫੀ ਬੰਦੇ ਨਵੇਂ ਲਾਏ ਨੇ, ਕਾਫੀ ਨਵੇਂ ਤੋਂ ਭਾਵ ਨਵੇਂ ਥਾਵਾਂ 'ਤੇ ਲਾਏ ਨੇ, ਕ੍ਰਿਸ਼ਨ ਕੁਮਾਰ ਜੀ ਨੂੰ ਵੀ ਬਦਲ ਦਿੱਤਾ, ਉਹਨਾਂ ਨੂੰ ਵੀ ਹੋਰ ਮਹਿਕਮੇ ਵਿੱਚ ਲੈ ਗਏ ਨੇ ਜਿੱਥੇ ਉਹ ਪਹਿਲਾਂ ਸੀ। ਚਲੋ ਖੈਰ, ਮੈਂ ਤਾਂ ਨਹੀਂ ਜਾਂਦਾ, ਸਾਡਾ ਇਹ ਵਿਸ਼ਾ ਨੀਗਾ। ਇਹ ਬਦਲਣ ਦਾ ਮਤਲਬ ਕੀ ਹੈ? ਤੇ ਅਗਲੀ ਗੱਲ, ਮੈਨੂੰ ਬਦਲਾਅ ਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ। ਤੁਸੀਂ ਇੱਕ ਬੰਦੇ ਨੂੰ 2-2 ਮਹਿਕਮੇ, 3-3 ਮਹਿਕਮੇ, 3-3 ਡਿਪਾਰਟਮੈਂਟ ਦਿੱਤੇ ਨੇ, ਤੁਸੀਂ ਦੇਖ ਲਿਓ। ਪਰ ਗੱਲ ਇਹ ਹੈ ਨਾ ਕਿ ਤੁਹਾਡੇ ਕੋਲ ਸੈਕਟਰੀ ਲੈਵਲ ਦੇ, ਕਮਿਸ਼ਨਰ ਲੈਵਲ ਦੇ ਬਸ ਇੰਨੇ ਹੀ ਬੰਦੇ ਆ। ਬਿਲਕੁਲ, ਤੁਸੀਂ ਇੱਕ ਨੂੰ 3-3 ਡਿਪਾਰਟਮੈਂਟ ਦੇ ਕੇ ਕੰਮ ਚਲਾਓਗੇ? ਮੈਂ ਕਹਿੰਦਾ ਥੱਲਿਓ ਬੰਦੇ ਪ੍ਰਮੋਟ ਕਰਕੇ ਤੁਸੀਂ ਲੈ ਕੇ ਆਓ ਨਾ, ਤੇ ਥੱਲੇ ਸੀਟਾਂ ਬਣਨਗੀਆਂ, ਤੁਹਾਡੀ ਗੱਲ ਦਾ ਉੱਤਰ ਆਊਗਾ ਜਿਵੇਂ ਨਹੀਂ ਹੋਊਗੀ ਜੀ। ਬਿਲਕੁਲ, ਇਸ ਤਰੀਕੇ ਤਾਂ ਨਹੀਂ ਕਿ ਇਮਾਨਦਾਰਾਂ ਦੀ ਕਮੀ ਆ ਵੀ ਫਿਰ ਅਸੀਂ ਫਿਰ ਵੀ ਵੇਕੈਂਟ ਛੱਡ ਦਈਏ। ਬਿਲਕੁਲ ਬਿਲਕੁਲ, ਇਮਾਨਦਾਰ ਬਹੁਤ ਨੇ ਜੀ ਇੱਥੇ ਜੀ। ਮਾਣਯੋਗ ਹਾਈਕੋਰਟ ਦੇ ਸਵਾਲਾਂ ਦਾ ਉੱਤਰ ਨਹੀਂ ਕਰ ਪਾਏ ਜੀ ਪੰਜਾਬ ਦੇ DGP, ਇਹ ਪੂਰੇ ਦਾ ਪੂਰਾ ਮਾਮਲਾ ਕੀ ਬਣ?
ਇਹ ਮਾਮਲਾ ਮੈਂ ਤੁਹਾਨੂੰ ਦੱਸ ਦਿੰਦਾ। ਉਸ ਤੋਂ ਪਹਿਲਾਂ ਨਾ ਇੱਕ ਮੈਂ ਤੁਹਾਨੂੰ ਅਖੌਤ ਦੱਸਦਾ ਜੀ ਪੰਜਾਬੀ ਦੀ, ਉਹਨੂੰ ਲਿੰਕ ਨਹੀਂ ਕਰਨਾ ਕਿਸੇ ਪਾਸੇ। ਸਾਡੇ ਦਰਸ਼ਕਾਂ ਨੂੰ ਵੀ ਮੈਂ ਕਹਿ ਦੇਵਾਂ, ਸੁਣਨ ਵਾਲੇ ਬੁੱਧੀਜੀਵੀਆਂ ਨੂੰ ਵੀ ਕਹਿ ਦੇਵਾਂ, ਉਹ ਵੈਸੇ ਹੀ ਆਪਣੇ ਚਾਹ ਪੀਂਦੇ ਯਾਦ ਆ ਗਈ ਸੀ, ਉਦੋਂ ਮੇਰੇ ਖਿਆਲ 'ਚ ਨਹੀਂ ਆਈ। ਹੁਣ ਮੈਂ ਤੁਹਾਨੂੰ ਸੁਣਾਉਣਾ ਹੈ ਜੀ। ਉਹ ਕਹਿੰਦੇ ਕਿ ਪਹਿਲਾਂ ਤੋਲੋ ਫਿਰ ਬੋਲੋ। ਇਹਦਾ ਮਤਲਬ ਕੀ ਸੀਗਾ ਕਿ ਪਹਿਲਾਂ ਗੱਲ ਨੂੰ ਵਾਚ ਲਓ ਫਿਰ ਕਹਿ ਦਿਓ। ਪਰ ਮੈਨੂੰ ਕੋਈ ਬੰਦਾ ਟੱਕਰਿਆ ਅਫਸਰ ਲੈਵਲ ਦਾ, ਕਹਿੰਦਾ ਇਹ ਮਤਲਬ ਥੋੜ੍ਹਾ ਹੁੰਦਾ ਹੈ। ਪਹਿਲਾਂ ਤੋਲੋ ਕਹਿਣ ਦਾ ਪਾਓ ਕਿ ਗੱਫਾ ਤੋਲ ਲਓ, ਜਿਹੋ ਜਿਹਾ ਤੋਲਾ ਉਹੋ ਜਿਹਾ ਬਿਆਨ ਦੇ ਦਿਓ। ਪਹਿਲਾਂ ਤੋਲੋ ਕਿੰਨਾ ਕੁਛ, ਕਿੰਨਾ ਕੁ ਮਾਲ ਆ ਰਿਹਾ, ਮਾਲ ਭਾਰਾ ਹੈ ਤਾਂ ਬਿਆਨ ਭਾਰਾ ਦੇ ਦਿਓ ਜੀ, ਤੇ ਜੇਕਰ ਮਾਲ ਥੋੜ੍ਹਾ ਹੈ ਤਾਂ ਫਿਰ ਬਿਆਨ ਆ ਜਿਹੜਾ ਹੌਲਾ ਦੇ ਦਿਓ। ਹੁਣ ਸੁਣ ਲਓ ਵੀ ਇਹਦਾ ਕਿਸੇ ਨਾਲ ਕੋਈ ਸੰਬੰਧ ਨਹੀਂ। ਇਹ ਮੈਂ ਤੁਹਾਨੂੰ ਦੱਸਿਆ ਕਿ ਸ਼ਬਦ ਕਿਵੇਂ ਆਪਣੇ ਅਰਥਾਂ ਨੂੰ ਪਰਿਵਰਤਨ ਕਰਦੇ ਨੇ, ਉਹਦੀ ਗੱਲ ਸੀ। ਡੀ ਜੀ ਪੀ ਪੰਜਾਬ, ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਪਿਛਲੇ ਦਿਨੀਂ ਜਦੋਂ ਲਾਰੈਂਸ ਬਿਸ਼ਨੋਈ ਦੀਆਂ ਬੈਕ ਟੂ ਬੈਕ ਦੋ ਇੰਟਰਵਿਊਆਂ ਹੋਈਆਂ ਜੀ, ਉਸ ਵਕਤ ਪੰਜਾਬ ਦੇ ਡੀ ਜੀ ਪੀ ਸਾਹਿਬ ਨੇ ਬਿਆਨ ਦਿੱਤਾ ਸੀ ਕਿ ਇਹ ਪੰਜਾਬ ਦੇ ਵਿੱਚ ਨਹੀਂ ਹੋਈਆਂ, ਇਹ ਰਾਜਸਥਾਨ ਦੇ ਵਿੱਚ ਹੋਈਆਂ, ਜਾਪਦੀਆਂ ਜੀ, ਹੋਈਆਂ ਨਹੀਂ, ਹੋਈਆਂ ਜਾਪਦੀਆਂ। ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਵਿਸ਼ੇਸ਼ ਤੌਰ 'ਤੇ ਇੱਕ ਟੀਮ ਬਣਾਈ ਸੀ, ਉਸ ਟੀਮ ਨੇ ਸੀਲਬੰਦ ਲਿਫਾਫਾ ਮਾਨਯੋਗ ਹਾਈ ਕੋਰਟ ਦੇ ਵਿੱਚ ਦਿੱਤਾ ਜੀ। ਲਿਫਾਫਾ ਜਦੋਂ ਖੋਲ੍ਹਿਆ ਤਾਂ ਉਹਦੇ ਵਿੱਚੋਂ ਜਾਣਕਾਰੀ ਨਿਕਲੀ ਹੈ ਕਿ ਇੱਕ ਇੰਟਰਵਿਊ ਸੀ ਆਈ ਖਰੜ ਦੇ ਵਿੱਚ ਹੋਈ ਹੈ, ਹੋਈ ਵੀ ਕਿੱਥੋਂ ਆ, ਐਸ ਪੀ ਲੈਵਲ ਦੇ ਅਧਿਕਾਰੀ ਦੇ ਫੋਨ ਤੋਂ ਹੋਈ ਹੈ ਜੀ। ਅਗਲੀ ਗੱਲ ਜਿਹੜੀ ਉਹਦੇ ਵਿੱਚ ਹੈਗੀ ਹੈ ਕਿ ਪੰਜਾਬ ਦੇ ਡੀ ਜੀ ਪੀ ਸਾਹਿਬ ਕਹਿ ਰਹੇ ਨੇ ਕਿ ਪੰਜਾਬ ਤੋਂ ਹੋਈ ਕਿਉਂ ਨਹੀਂ। ਗੁਰਸੇਵਕ, ਤੁਸੀਂ ਤਾਂ ਟੈਕਨੀਕਲ ਬੰਦੇ ਹੋ, ਮੈਂ ਜੇਕਰ ਤੁਹਾਨੂੰ ਪੁੱਛ ਲਵਾਂ ਕਿ ਕਿਹਨੇ ਕਿਹਨੂੰ ਵੀਡੀਓ ਕਾਲ ਕੀਤੀ, ਕਿਹਨੇ ਕਿਹਨੂੰ ਕਾਲ ਕੀਤੀ, ਕਿਹਨੇ ਕਿਸੇ ਨੂੰ, ਦੇਖੋ ਕੋਈ ਲਾਰੈਂਸ ਬਿਸ਼ਨੋਈ ਦੇ ਨਾਲ ਇੱਦਾਂ ਤਾਂ ਬੈਠ ਕੇ ਇੰਟਰਵਿਊ ਹੋਈ ਨਹੀਂ, ਹੋਈ ਤਾਂ ਔਨਲਾਈਨ ਹੀ ਹੈ ਨਾ, ਬਿਲਕੁਲ। ਇਹ ਪਤਾ ਕਰਨਾ ਕਿੰਨਾ ਔਖਾ ਕੰਮ ਹੈ, ਕੋਈ ਮਸਲਾ ਨਹੀਂ ਜੀ। ਮੇਰੇ ਖਿਆਲ ਦੇ ਨਾਲ ਇਹ ਤਾਂ ਸ਼ਾਮ ਤੱਕ ਸਭ ਕੁਝ ਟਰੇਸ ਕਰਕੇ ਟੇਬਲ 'ਤੇ ਰੱਖਿਆ ਜਾ ਸਕਦਾ ਕਿ ਇੱਥੋਂ ਇੱਥੇ ਹੈ। ਚਲੋ ਖੈਰ, ਮੈਂ ਟੈਕਨੀਕਲ 'ਚ ਨਹੀਂ ਜਾਂਦਾ, ਬਹੁਤ ਇਸ਼ੂ ਹੋ ਵੀ ਸਕਦੇ ਨੇ ਕਿਉਂਕਿ ਸਰਕਾਰਾਂ ਦੇ ਮਸਲੇ ਨੇ, ਕਿਹੜੀ ਚੀਜ਼ ਕਦੋਂ ਪੇਸ਼ ਕਰਨੀ ਹੈ, ਕਦੋਂ ਸਾਹਮਣੇ ਆਉਣੀ ਹੈ, ਵੱਖਰੀਆਂ ਗੱਲਾਂ ਹੁੰਦੀਆਂ। ਪਰ ਉਸ ਕਮੇਟੀ ਨੇ ਜਦੋਂ ਰਿਪੋਰਟ ਦਿੱਤੀ ਤਾਂ ਡੀ ਜੀ ਪੀ ਪੰਜਾਬ ਅਤੇ ਹੋਮ ਸੈਕਟਰੀ ਸਾਹਿਬ ਪੇਸ਼ ਹੋਏ। ਸਭ ਤੋਂ ਪਹਿਲੀ ਗੱਲ ਕਹੀ ਹੈ ਮਾਨਯੋਗ ਕੋਰਟ ਨੇ ਕਿ ਇਹ ਦੱਸੋ ਕਿ ਜਿਹੜਾ ਤੁਸੀਂ ਡੀ ਜੀ ਪੀ ਸਾਹਿਬ ਬਿਆਨ ਦਿੱਤਾ ਸੀ ਕਿ ਇਹ ਇੰਟਰਵਿਊ ਪੰਜਾਬ 'ਚ ਨਹੀਂ ਹੋਈ, ਇਹਦਾ ਬੇਸ ਕੀ ਸੀ, ਇਹਦਾ ਆਧਾਰ ਕੀ ਸੀ? ਬਿਲਕੁਲ, ਬਹੁਤ ਵੱਡੀ ਫਟਕਾਰ ਲਾਈ ਆ, ਕਹਿੰਦਾ ਪਾਓ ਕਿ ਪੁਲਿਸ ਦਾ ਸਭ ਤੋਂ ਉੱਪਰਲਾ ਰੈਂਕ ਹੋਵੇ ਅਤੇ ਕੋਰਟ ਦੇ ਵਿੱਚ ਇੱਕ ਇਹੋ ਜਿਹੇ ਸਵਾਲ ਵਿੱਚ ਫਸ ਜੇ ਜਿਹਦਾ ਗੋਲ ਉੱਤਰ ਵੀ ਨਾ ਹੋਵੇ। ਮੈਂ ਕਹਿੰਦਾ ਕਿ ਕਈ ਵਾਰੀ ਹੁੰਦਾ ਨਾ ਕਿ ਅਸੀਂ ਕਹਿੰਦੇ ਕਨਫਿਊਜ਼ਨ ਵਿੱਚ ਆਂਸਰ ਆਏ ਨੇ ਜੀ, ਡਾਊਟਫੁੱਲ ਕੁਐਸਚਨ ਸੀ, ਕਨਫਿਊਜ਼ਨ ਕ੍ਰੀਏਟ ਕਰਨ ਵਾਲਾ ਆਂਸਰ ਸੀ, ਕਲੀਅਰ ਕੁਐਸਚਨ ਸੀ ਅਤੇ ਇੱਧਰ ਕਲੀਅਰ ਚੁੱਪੀ ਸੀ ਜੀ। ਹੁਣ ਇੱਦਾਂ ਦੀ ਗੱਲ ਵਿੱਚ ਹੋਮ ਸੈਕਟਰੀ ਸਾਹਿਬ ਨਾਲ ਦੀ ਨਾਲ ਬੋਲਦੇ ਨੇ, ਉਹ ਕਹਿੰਦੇ ਜੀ ਠੀਕ ਹੈ ਅਸੀਂ ਜਾਣ ਸਕਦੇ ਸੀਗੇ ਜੀ, ਕਿਸੇ ਨੇ ਕਿਸੇ ਨੀਚੇ ਵਾਲੇ ਅਧਿਕਾਰੀ ਸ਼ੋਰ ਹੈ ਕਿ ਕਿਸੇ ਸਬਆਰਡੀਨੇਟ ਨੇ ਇਨਫੋਰਮੇਸ਼ਨ ਉਹਨਾਂ ਨੂੰ ਇਕੱਤਰ ਕਰਕੇ ਦਿੱਤੀ ਹੋਣੀ, ਉਹਦੇ ਆਧਾਰ 'ਤੇ ਉਹਨਾਂ ਨੇ ਕਿਹਾ ਹੋਣਾ, ਖੁੱਲ੍ਹ ਕੇ ਦੱਸਦੇ। ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਕਰਤਾਰ ਸਿੰਘ ਸੰਧਵਾ ਜੀ ਕਹਿੰਦੇ ਕਿ ਮੈਨੂੰ 15 ਦਿਨਾਂ ਵਿੱਚ ਕਾਲੀਆਂ ਭੇਡਾਂ ਦੀ ਲਿਸਟ ਦਿਓ ਜੀ। ਹਰ ਮਹਿਕਮਾ ਲਿਸਟਾਂ ਤਿਆਰ ਕਰੀ ਜਾਂਦਾ ਹੋਊਗਾ, ਉਹ ਲਿਸਟਾਂ ਦਾ ਬੇਸ ਕੀ ਬਣਾਉਣਗੇ ਗੁਰਸੇਵਕ, ਜਿਨ੍ਹਾਂ 'ਤੇ ਕੋਈ ਪਹਿਲਾਂ ਸ਼ੱਕ ਹੈ, ਪਰਚੇ ਹੈ। ਪਰ ਜਿਹੜੀ ਅਸਲ ਨਸਲ ਦੀ ਕਾਲੀ ਭੇਡ ਹੁੰਦੀ ਹੈ ਨਾ, ਉਹ ਪਰਚਿਆਂ ਅਤੇ ਸ਼ੱਕਾਂ 'ਚ ਨਹੀਂ ਆਉਂਦੀ, ਉਹ ਬਹੁਤ ਵੱਡੇ ਮਾਲਕਾਂ ਦੀ ਰਹਿਮ ਰਮਾਈ ਵਿੱਚ ਕੰਮ ਕਰਦੀ ਹੈ। ਦੱਸ ਸਕਦੇ ਸੀ ਜਾਂ ਇਨਫੋਰਮੇਸ਼ਨ ਹੈਣੀ ਸੀ ਜਾਂ ਕੋਈ ਹੋਰ ਗੱਲ ਸੀ, ਚਲੋ ਆਪਾਂ ਇਸ 'ਚ ਨਹੀਂ ਜਾਂਦੇ ਕਿਉਂਕਿ ਕੋਰਟ ਦਾ ਮਸਲਾ ਹੈ। ਹੋਮ ਸੈਕਟਰੀ ਪੰਜਾਬ ਨੇ ਉੱਥੇ ਗੱਲ ਜਿਹੜੀ ਕਹੀ, ਉਹ ਕਹਿੰਦੇ ਕਿ ਠੀਕ ਹੈ ਜੀ, ਹੁਣ ਅਸੀਂ ਇੱਥੇ ਕਾਰਵਾਈ ਕਰਕੇ ਅਧਿਕਾਰੀਆਂ 'ਤੇ
ਤੁਹਾਨੂੰ ਇਹਦੀ ਰਿਪੋਰਟ ਸੌਂਪਾਂਗੇ। ਵਿਆਹ ਵਿੱਚ ਹਮੇਸ਼ਾ ਬੱਕਰਾ ਤੇ ਕੁੱਕੜ ਵੱਢੇ ਜਾਂਦੇ ਆ ਜੀ, ਘੋੜੇ ਨਹੀਂ, ਘੋੜੇ ਵਰਤੇ ਜਾਂਦੇ ਆ, ਹਾਥੀ ਸ਼ਿੰਗਾਰ ਲਈ ਹੁੰਦੇ ਆ, ਊਠ ਸ਼ਿੰਗਾਰ ਲਈ ਹੁੰਦੇ ਆ। ਹੁਣ ਗੱਲ ਤਾਂ ਇਹ ਹੈ ਕਿ ਜਦੋਂ ਵੀ ਕੋਈ ਮਾਮਲਾ ਖੜਾ ਹੁੰਦਾ ਹੈ, ਕਿਰਪਾਨ ਆ ਜਿਹੜੀ ਉਹ ਬਿਲਕੁਲ ਹੇਠਾਂ ਆ ਕੇ ਫਿਰ ਜਾਂਦੀ ਹੈ ਜੀ। ਰਿਪੋਰਟ ਜਾਊਗੀ ਤਾਂ ਰਿਪੋਰਟ ਵਿੱਚ ਗਾਂਹ ਦੀ ਗਾਂਹ ਰਿਸਪੋਂਸੀਬਿਲਟੀਆਂ ਨਾ ਸਿੱਟੀਆਂ ਜਾਣ। ਮੇਰੀ ਇਹ ਜੱਜਮੈਂਟ ਆ, ਮੇਰਾ ਇਹ ਫੀਲ ਆ, ਮੈਂ ਨਹੀਂ ਕਹਿੰਦਾ ਮੇਰੇ ਕੋਲ ਕੋਈ ਜਾਣਕਾਰੀ ਹੈ, ਸਪਸ਼ਟ ਜਾਵੜੇ ਰਿਪੋਰਟ। ਇਹ ਤਾਂ ਕਹਿੰਦਾ ਕਿ ਪੰਜਾਬ ਦੂਜੀ ਵਾਰੀ ਉੱਤਰ ਦਿੰਦਾ ਨਾ ਅੜ ਕੇ, ਮੈਂ ਨਹੀਂ ਕਹਿੰਦਾ ਕਿ ਕਿਸੇ ਕੋਈ ਗਲਤ ਇਨਫੋਰਮੇਸ਼ਨ ਦੇਊਗਾ, ਮੈਂ ਕਹਿੰਦਾ ਕਿ ਪੰਜਾਬ ਦੀ ਸ਼ਾਨ ਉੱਚੀ ਰੱਖਣ ਲਈ ਅਸੀਂ ਦੂਜੀ ਵਾਰੀ, ਸਾਡੇ ਅਫਸਰ ਹੋਣ, ਅਫਸਰ ਕਿਉਂ ਹੋਣ ਜੀ, ਚਾਹੇ ਫੋਰਥ ਕਲਾਸ ਇੰਪਲਾਈ ਹੋਵੇ, ਉੱਤਰ ਦਿੰਦਾ ਨਾ ਅੜ ਕੇ। ਤਗਮੇ ਜਦੋਂ ਜਾਂਦੇ ਜੀ ਨਾ, ਉੱਪਰ ਵਾਲੇ ਅਧਿਕਾਰੀਆਂ ਦੀਆਂ ਛਾਤੀਆਂ ਅੱਗੇ ਆਉਂਦੀਆਂ ਜਾਂਦੀਆਂ, ਤੇ ਜਦੋਂ ਕੋਈ ਕਿਤੇ ਨਾ ਕਿਤੇ ਅਣਗਹਿਲੀ ਪਾਈ ਜਾਂਦੀ ਹੈ, ਫਿਰ ਉਹ ਥੱਲੇ ਵਾਲੇ ਅਧਿਕਾਰੀਆਂ ਤੱਕ ਤੁਰੀਆਂ ਜਾਂਦੀਆਂ ਜੀ। ਇਹ ਪਤਾ ਨਹੀਂ ਕਿਸ ਤਰੀਕੇ ਦਾ ਸਿਸਟਮ ਅਸੀਂ ਖੜਾ ਸਥਾਪਿਤ ਕਰ ਲਿਆ ਆਪਦਾ ਇੱਥੇ। ਨਹੀਂ, ਇਹ ਪੁਰਾਣੀ ਗੱਲ ਹੀ ਹੈ ਨਾ ਕਿ ਜਦੋਂ ਕੌਮਾਂ ਜਿੱਤਦੀਆਂ ਤੇ ਨਾਮ ਸਰਦਾਰਾਂ ਦੇ ਹੁੰਦੇ ਆ, ਤੇ ਜਦੋਂ ਕੌਮਾਂ ਹਰਦੀਆਂ ਤੇ ਉਦੋਂ ਕਦੇ ਵੀ ਨਹੀਂ ਕਹਿੰਦਾ ਸਰਦਾਰ ਹਰ ਗਿਆ। ਸਰਦਾਰ ਹੁਣ ਸ਼ਬਦ ਨੂੰ ਕਿਸੇ ਕੌਮ ਨਾਲ ਨਹੀਂ ਰਿਲੇਟ ਕਰਨਾ, ਮੁਖੀਏ ਨਾਲ ਰਿਲੇਟ ਕਰਨਾ ਕਿ ਜਿਹੜਾ ਉਸਨੂੰ ਰਨ ਕਰ ਰਿਹਾ ਹੁੰਦਾ, ਕੈਪਟਨ ਉਹਦਾ। ਮੈਂ ਸੌਖਾ ਕਰਦੇ ਹਾਂ, ਕੈਪਟਨ ਜਦੋਂ ਕਿ ਜਿੱਤ ਜਾਂਦਾ ਤਾਂ ਕਹਿੰਦਾ ਜੀ ਸਾਡੇ ਕੈਪਟਨ ਸਾਹਿਬ ਨੇ ਬੜੀ ਕਮਾਲ ਕਰਤੀ, ਹੁਣ ਕੈਪਟਨ ਅਮਰਿੰਦਰ ਨਾਲ ਨਾ ਜੋੜ ਲਿਓ। ਤੇ ਜਦੋਂ ਹਰਜੇ ਤੋਂ ਅਗਲਾ ਕਹਿੰਦਾ ਜੀ ਤਾਂ ਸਾਡੀ ਫੌਜ ਦੇ ਵਿੱਚ ਜਾਂ ਤਾਂ ਇੰਸਟਰੂਮੈਂਟਾਂ ਦੀ ਘਾਟ ਸੀ, ਅਸਲਾ ਥੋੜ੍ਹਾ ਸੀ, ਮਾੜਾ ਸੀ, ਜਾਂ ਫਿਰ ਫੌਜ ਨੇ ਉਸ ਦਲੇਰੀ ਨਾਲ ਲੜਿਆ ਨਹੀਂ। ਹੁਣ ਇੱਥੇ ਜਿਹੜਾ ਮਸਲਾ ਪੂਰੇ ਦਾ ਪੂਰਾ, ਹੁਣ ਇਹਦੇ 'ਤੇ ਅਗਲੀ ਰਿਪੋਰਟ ਜਾਊਗੀ। ਤੁਸੀਂ ਕਹਿ ਰਹੇ ਸੀ ਕਿ ਕਈ ਪੁਲਿਸ ਦੇ ਅਫਸਰ ਟੰਗੇ ਜਾਣਗੇ, ਅਤੇ ਮੇਰੇ ਖਿਆਲ ਦੇ ਨਾਲ ਟੰਗੇ ਜਾਣੇ ਚਾਹੀਦੇ ਆ। ਜੇਕਰ ਨਹੀਂ ਟੰਗੇ ਜਾਣਗੇ ਤਾਂ ਫਿਰ ਤਾਂ ਇਹ ਨੈਕਸਸ ਜਿਹੜਾ ਤੁਸੀਂ ਕਹਿੰਦੇ ਹੋ, ਅੱਜ ਤੀਕਰ ਨੈਕਸਸ ਅਸੀਂ ਕਹਿੰਦੇ ਸੀ ਕਿ ਗੈਂਗਸਟਰ ਪਲੱਸ ਅਫਸਰ ਪਲੱਸ ਲੀਡਰ, ਨਸ਼ਾ ਪਲੱਸ ਅਫਸਰ ਪਲੱਸ ਲੀਡਰ, ਪਰ ਇਹ ਦੋ ਵੱਖਰੇ ਵੱਖਰੇ ਨਹੀਂ, ਇਹ ਸਰਕਲ ਹੈ ਜੀ। ਗੈਂਗਸਟਰ, ਨਸ਼ਾ, ਲੀਡਰ, ਅਫਸਰ, ਨਾ ਸਾਰੇ ਲੀਡਰ, ਨਾ ਸਾਰੇ ਅਫਸਰ, ਅਤੇ ਨਾ ਹੀ ਸਾਰੇ ਮੈਂ ਆਮ ਲੋਕਾਂ ਨੂੰ ਮਾੜਾ ਕਹਿੰਦਾ। ਪਰ ਪੜਤਾਲ ਤਾਂ ਕਰੋ ਨਾ ਤੁਸੀਂ ਜੀ, ਵੀ ਕਿੱਥੋਂ ਕਿਵੇਂ ਕਿਵੇਂ ਕੀ ਪੈਦਾ ਹੋ ਰਿਹਾ ਜੀ। ਖੈਰ ਲੈ ਦੀ ਕਿ ਅਖੀਰ ਤੇ ਵੱਡੇ ਅਧਿਕਾਰੀਆਂ ਕੋਲੇ ਕੁਝ ਅਖਲਾਕੀ ਤੌਰ ਤੇ ਅਸਤੀਫੇ ਵੀ ਬਚੇ ਹੁੰਦੇ ਆ ਜੀ, ਕਦੇ ਐਕਸੈਪਟ ਕਰ ਲਏ ਜਾਂਦੇ ਆ, ਕਦੇ ਛੱਡ ਦਿੱਤੇ ਜਾਂਦੇ। ਮੰਡੀਕਰਨ ਬੋਰਡ ਦੀ ਗੱਲ ਕਰ ਲਈਏ ਜੀ, ਆਖਰੀ ਸਾਹਾਂ ਦੇ ਉੱਪਰ ਹੈ, ਕਹਿੰਦੇ ਕਰਜ਼ੇ ਦੇ ਲਈ ਦਰ ਦਰ ਭਟਕ ਰਿਹਾ। ਇਹ ਉਹੀ ਮੰਡੀਕਰਨ ਬੋਰਡ ਆ ਜਿਹਦੇ ਚੇਅਰਮੈਨ ਲੱਗਣ ਦੇ ਲਈ ਲੋਕ ਅੱਗੇ ਪਿੱਛੇ ਹੁੰਦੇ ਸੀ, ਲੜੋ ਲੜਾਈਆਂ। ਇਹ ਉਹੀ ਮੰਡੀਕਰਨ ਬੋਰਡ ਆ ਜਿਹਨੂੰ ਚੇਅਰਮੈਨ ਨਹੀਂ ਮਿਲ ਜਾਂਦੀ ਸੀਗੀ, ਉਹ ਬਸ ਫਿਰ ਸਰਕਾਰੀ ਬੰਦਾ ਹੋ ਜਾਂਦਾ ਸੀ, ਚਾਹੇ ਕਿਸੇ ਆਮ ਕਿਸਾਨਾਂ ਦੀ ਯੂਨੀਅਨ ਚ ਉੱਠ ਕੇ ਗਿਆ ਹੋਵੇ। ਚਲੋ ਮੈਂ ਵੱਡੇ ਬੰਦਿਆਂ ਦੇ ਥਾਪੜੇ ਨਾਲ ਉਹ ਪੋਸਟ ਮਿਲਦੀ ਸੀ ਜੀ। ਬਿਲਕੁਲ, ਕਾਫੀ ਗਵਰਨਮੈਂਟਾਂ ਦੇ ਵਿੱਚ ਇਹ ਚੀਜ਼ ਹੁੰਦੀ ਰਹੀ ਹੈ, ਤੇ ਬੜਾ ਸਾਇਲੈਂਟ ਵੇ ਦੇ ਨਾਲ ਸਭ ਕੁਝ ਚੱਲਦਾ ਰਿਹਾ। ਕਿਸਾਨੀ ਅੰਦੋਲਨ ਜਿਹੜੀਆਂ ਗਵਰਨਮੈਂਟਾਂ ਵਿੱਚ ਘੱਟ ਹੋਏ ਆ, ਉਹਨਾਂ ਗਵਰਨਮੈਂਟਾਂ ਨੇ ਕਿਸਾਨਾਂ ਨੂੰ ਸਿੱਧੇ ਤੇ ਅਸਿੱਧੇ ਰੂਪ ਵਿੱਚ ਮੰਡੀਕਰਨ ਦੇ ਅਹੁਦਿਆਂ ਨਾਲ ਜੋੜੀ ਰੱਖਿਆ ਜੀ। ਚਲੋ, ਸਾਡੇ ਕੋਲੇ 12 ਸਤੰਬਰ 2024 ਦੀ ਰਿਪੋਰਟ ਹੈ ਮੰਡੀਕਰਨ ਬੋਰਡ ਦੀ। ਮੰਡੀਕਰਨ ਬੋਰਡ ਜਿਹੜਾ ਪੰਜਾਬ ਦਾ ਮੰਡੀਕਰਨ ਬੋਰਡ ਆ ਨਾ, ਕਦੇ ਘਾਟੇ 'ਚ ਨਹੀਂ ਜਾ ਸਕਦਾ, ਕਿਉਂਕਿ ਇਹਨਾਂ ਦੀ ਕਮਾਈ ਜਿਣਸ ਦੇ ਨਾਲ ਜੁੜੀ ਹੋਈ ਹੈ, ਉਤਪਾਦਨ ਦੇ ਨਾਲ ਜੁੜੀ ਹੋਈ ਹੈ, ਅਤੇ ਰੱਬ ਦੀ ਪੰਜਾਬ 'ਤੇ ਮਿਹਰ ਰਹੀ ਹੈ ਕਿ ਪੰਜਾਬ ਵਿੱਚ ਕਦੇ ਵੀ ਚੰਗੇ ਮਾੜੇ ਵਕਤ ਵੀ ਆਏ ਪਰ ਉਤਪਾਦਨ ਨਹੀਂ ਘਟਿਆ, ਜਿਣਸ ਨਹੀਂ ਘਟੀ, ਅਤੇ ਫਿਰ ਤਾਂ ਇਹਦਾ ਮੁਨਾਫਾ ਵਧਣਾ ਚਾਹੀਦਾ ਸੀ। ਬਿਲਕੁਲ, ਇਹ ਤਾਂ ਬੁਲੰਦੀ 'ਤੇ ਜਾਣਾ ਚਾਹੀਦਾ ਸੀ, ਇਹਦੇ ਵਿੱਚ ਤਾਂ ਪੈਸਾ ਹੀ ਪੈਸਾ ਹੋਣਾ ਚਾਹੀਦਾ ਸੀ। ਮੰਡੀਕਰਨ ਬੋਰਡ ਦੇ ਕੰਮ ਕੀ ਨੇ, ਮੈਂ ਛੋਟਾ ਜਿਹਾ ਦੱਸਦਾ, ਖਰਚੇ ਹਾਲਾਂਕਿ ਹੋਰ ਵੀ ਹੋਣਗੇ ਪਰ ਮੈਂ ਮੋਟੇ ਖਰਚਿਆਂ ਦੀ ਗੱਲ ਕਰਾਂ। ਮੰਡੀਆਂ ਦਾ ਪ੍ਰਬੰਧ ਕਰਨਾ, ਸਫਾਈ ਦਾ ਪ੍ਰਬੰਧ ਕਰਨਾ, ਉੱਥੇ ਪੂਰਾ ਸਿਸਟਮ ਦੇਣਾ, ਨਾਲ ਦੀ ਨਾਲ ਮੰਡੀਆਂ ਦੇ ਨਾਲ ਜੁੜਦੇ ਹੋਏ ਰਸਤਿਆਂ ਨੂੰ ਕਲੀਅਰ ਕਰਕੇ ਦੇਣਾ, ਲਿੰਕ ਰੋਡਾਂ ਬਣਾ ਕੇ ਦੇਣਾ। 1872 ਮੰਡੀਆਂ ਨੇ ਪੰਜਾਬ ਦੇ ਵਿੱਚ, ਪੂਰਾ ਪ੍ਰਬੰਧ ਦੇਖਣਾ,
ਤੇ 3% ਆ ਜਿਹੜਾ ਉਹ ਸੈਂਟਰ ਗੌਰਮੈਂਟ ਤੋਂ ਮਿਲਦਾ ਸੀ ਪਹਿਲਾਂ, ਮੈਂ ਪਹਿਲਾਂ ਸ਼ਬਦ ਵਰਤੂਗਾ, ਹੁਣ ਸੈਂਟਰ ਗੌਰਮੈਂਟ ਵੀ ਸਖ਼ਤ ਹੋ ਗਈ, ਕਹਿੰਦੇ 1% ਮਿਲੂਗਾ ਘੱਟ ਘਟਾ ਕੇ। ਆਰ ਡੀ ਐਫ ਫੰਡ ਆ ਜਿਹੜਾ 6700 ਕਰੋੜ ਰੁਪਈਆ ਜਿਹੜਾ ਉਹ ਫਸਿਆ ਟੋਟਲ। ਅਸੀਂ ਸਾਰੇ ਫੰਡ ਪਾ ਲੈਂਦੇ ਹਾਂ, ਐਜੂਕੇਸ਼ਨ ਦਾ ਪਾ ਲੈਂਦੇ ਹਾਂ, ਆਰ ਡੀ ਐਫ ਪਾ ਲੈਂਦੇ ਹਾਂ, ਮੈਡੀਕਲ ਪਾ ਕੇ, ਗੁਰਸੇਵਕ ਇੱਕ ਫਿਗਰ ਆ ਜਾਂਦੀ ਹੈ, ਰਫ ਜੀ ਫਿਗਰ ਆ ਜਾਂਦੀ ਹੈ 10000 ਕਰੋੜ ਰੁਪਈਆ ਜਿਹੜਾ ਕੇਂਦਰ ਨਹੀਂ ਫਸਿਆ। ਇਹਦੇ 'ਚ ਮੰਡੀਕਰਨ ਬੋਰਡ ਆ ਜਿਹੜਾ ਉਹ 70% ਪੈਸਿਆਂ ਦਾ ਇਕੱਲਾ ਫਸਿਆ ਪਿਆ। ਹੁਣ ਕੰਮ ਚਲਾਉਣਾ ਹੈ। ਇੱਕ ਗੱਲ ਹੋਰ ਵੀ ਕਹਿ ਦਿਆਂ, ਕਿਸਾਨ ਵੀਰ ਮੇਰੀ ਗੱਲ ਨੂੰ ਧਿਆਨ ਨਾਲ ਸੁਣ ਲੈਣ, ਮੈਂ ਡਰਾ ਨਹੀਂ ਰਿਹਾ। ਅੱਜ ਤੀਕਰ ਝੋਨੇ ਦੀ ਜਿਹੜੀ ਢੋਆ ਢਵਾਈ ਹੈ ਜਿਹੜੀ ਕੇਂਦਰ ਨੇ ਚੱਕ ਕੇ ਸਾਨੂੰ ਖਾਲੀ ਕਰਕੇ ਦੇਣੇ ਹੁੰਦੇ ਨੇ, ਗੜਾਉਣ ਥਾਂ ਜਿੱਥੇ ਅਸੀਂ ਝੋਨਾ ਲਾਉਣੇ ਆ ਉਹ ਉਵੇਂ ਹੀ ਡੱਟੇ ਪਏ ਨੇ ਜੀ। ਉਹਨਾਂ ਕੋਲ ਬਹਾਨਾ ਬੜਾ ਸੌਖਾ, ਕਹਿੰਦੇ ਜੀ ਨਾ ਤੁਸੀਂ ਟ੍ਰੇਨ ਚੱਲਣ ਦਿੰਦੇ ਹੋ ਨਾ ਤੁਸੀਂ ਸੜਕ ਚੱਲਣ ਦਿੰਦੇ ਹੋ। ਬਿਲਕੁਲ। ਤੇ ਇੱਕੇ ਦਮ ਇੰਨਾ ਕੁਛ ਆ ਜਿਹੜਾ ਉਹ ਲੈਫਟ ਨਹੀਂ ਕੀਤਾ ਜਾ ਸਕਦਾ। ਹਾਂ ਕਰਾਂਗੇ, ਮਾਨ ਸਾਹਿਬ ਕਹਿੰਦੇ ਕੋਈ ਚੱਕਰ ਨਹੀਂ, ਨਾ ਅਸੀਂ DAP ਦਾ ਰੌਲਾ ਪੈਣ ਦੇਈਏ। DAP ਪਿੱਛੇ ਜੀ ਨਕਲੀ ਆ ਗਈ ਸੀ ਨਾ, ਤੁਹਾਨੂੰ ਪਤਾ ਹੋਊਗਾ, ਮੋਹਾਲੀ ਵਿੱਚ ਸਿੰਪਲ ਭਰੇ ਗਏ ਸੀ, 40% DAP ਦੇ ਜਿਹੜੇ ਸਿੰਪਲ ਸੀ ਉਹ ਗਲਤ ਪਾਏ ਗਏ ਸੀ ਜਾਂ ਜਾਲੀ ਪਾਏ ਗਏ ਸੀ, ਨਕਲੀ ਪਾਏ ਗਏ ਸੀ। ਮਾਨ ਸਾਹਿਬ ਨੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਹ ਗੱਲ ਕਹੀ ਸੀ ਕਿ ਅਸੀਂ DAP ਦੀ ਸ਼ੋਰਟੇਜ ਨਹੀਂ ਆਉਣ ਦੇਵਾਂਗੇ। ਕਿਸਾਨਾਂ ਲਈ ਖੁਸ਼ਖਬਰੀ ਵੀ ਆ ਕਿ DAP ਨਹੀਂ ਘਟੂਗੀ, ਪਰ ਅਗਲੇ ਪਾਸੇ ਮੰਡੀਆਂ ਦਾ ਪ੍ਰਬੰਧ ਅਗਰਸੇਵਕ ਕੋਲ ਰੁਲ ਗਿਆ। ਮੰਡੀਕਰਨ ਬੋਰਡ ਜਿੰਨੀਆਂ ਵੀ ਸੜਕਾਂ ਬਣਾਉਂਦਾ ਹੈ, ਟੋਟਲ 65,000 ਕਿਲੋਮੀਟਰ ਸੜਕ ਹੈ ਜਿਹੜੀ ਉਹ ਮੰਡੀਕਰਨ ਬੋਰਡ ਕੋਲ ਆ ਜੀ, ਤੇ ਜਿਹੜੀ ਹਰ 5 ਸਾਲਾਂ ਵਿੱਚ ਇੱਕ ਵਾਰੀ ਉਹਦੀ ਮੁਰੰਮਤ ਹੁੰਦੀ ਆ, ਉਹਦੇ 'ਤੇ ਲੁੱਕ ਪੈਂਦੀ ਹੈ, ਤੇ ਲਾਸਟ ਲੁੱਕ ਆ ਜਿਹੜੀ 2018 ਤੇ 2019 ਵਿੱਚ ਪਈ ਆ, 5 ਸਾਲਾਂ ਬਾਅਦ ਪੈਣੀ ਹੈ। ਤੇ ਮੈਂ ਕਹੂੰਗਾ ਕਿ ਮੰਡੀਆਂ ਨੂੰ ਜਾਂਦੀਆਂ ਸੜਕਾਂ ਵੀ ਟੁੱਟੀਆਂ ਰਹਿਣਗੀਆਂ, ਪੈਸਾ ਹੈ ਨਹੀਂ ਭਾਈ ਜੀ, ਕਿੱਥੋਂ ਲਾਈਏ, ਮੰਡੀਕਰਨ ਬੋਰਡ ਕਿੱਥੋਂ ਲਾਵੇ। ਤੇ ਮੰਡੀਕਰਨ ਬੋਰਡ ਗਿਆ ਪੈਸੇ ਲੈਣ, ਕਰਜ਼ੇ ਵਿੱਚ ਫਸਿਆ ਹੋਇਆ। 3 ਪ੍ਰਾਈਵੇਟ ਬੈਂਕ ਕਹਿੰਦੇ ਜੀ ਪੈਸਾ ਮਿਲ ਜੂਗਾ, ਦੇ ਦਿਆਂਗੇ ਤੁਹਾਨੂੰ ਪੈਸਾ, 10% ਵਿਆਜ ਲੱਗੂਗਾ ਜੀ। ਉਹ ਕਹਿੰਦੇ ਜਦੋਂ ਮਾੜਾ ਜਿਹਾ ਟਾੜਤੀਏ ਕੋਲ ਜਾਂਦਾ ਨਾ, ਹੁਣ ਪਤਾ ਹੁੰਦਾ ਵੀ ਇਹ ਕਿਸੇ ਨੂੰ ਨਹੀਂ ਜਾਣਦਾ, ਤੇ ਪੈਸੇ ਨੂੰ ਦਾਬੂ ਆ ਕਰ ਕੋ ਸਕਦਾ ਨਹੀਂ, ਫਿਰ ਉਹ ਆਪਦੇ ਹਿਸਾਬ ਦੇ ਨਾਲ ਉਹਨੂੰ ਹੋਰ ਕਲੋਟਾ ਵਸਾ ਲੈਂਦਾ। ਤੇ ਆਪਣੇ ਵਾਲੇ ਕਹਿੰਦੇ ਮੰਡੀਕਰਨ ਬੋਰਡ ਵੀ ਨਹੀਂ, ਇਹ ਤਾਂ ਜੀ ਜ਼ਿਆਦਾ ਹੈ ਜੀ। ਪਹਿਲਾਂ ਤਾਂ ਉਹ ਕਹਿੰਦੇ ਜੀ ਗਰੰਟੀ ਕੀ ਧਰੋਂਗੇ, ਕਾਹਦੇ ਅੰਗੇਸਟ ਤੁਹਾਨੂੰ ਲਾਉਣ ਦੇਈਏ, ਕਾਹਦੇ ਅੰਗੇਸਟ ਦੇਈਏ। ਤੇ ਮੈਂ ਤਾਂ ਰੋਕ ਕੇ ਦੱਸ ਦੇਵਾਂ ਇੱਕ ਗੱਲ ਜੀ, ਬਿਲਕੁਲ। ਸਭ ਤੋਂ ਪਹਿਲਾਂ ਸੰਗਤ ਦਰਸ਼ਨ ਵਿੱਚ ਬਾਦਲ ਸਾਹਿਬ ਨੇ ਮੰਡੀਕਰਨ ਬੋਰਡ ਦਾ ਪੈਸਾ ਵਰਤਿਆ, ਅੰਗੇਸਟ ਲਾਉਣ ਲੈ ਕੇ 20 ਸੰਗਤ ਦਰਸ਼ਨ ਕੀਤੇ। ਫਿਰ ਕੈਪਟਨ ਸਾਹਿਬ ਆ ਗਏ, ਉਹਨਾਂ ਨੇ ਇਹਨਾਂ ਦੇ ਆਉਣ ਵਾਲੇ ਪੈਸੇ ਵੀ, ਦੇਖੋ ਇੱਕ ਤਾਂ ਹੁੰਦੇ ਨੇ ਵੀ ਆਏ ਪੈਸੇ ਧਰ ਕੇ ਤੁਸੀਂ ਅੰਗੇਸਟ ਲਾਉਣ ਲੈ ਲਿਆ, ਆਉਣ ਵਾਲੇ ਪੈਸੇ ਵੀ ਧਰਤੇ। ਕਹਿੰਦੇ ਜੀ ਆਹ ਸਾਡਾ ਮੰਡੀਕਰਨ ਬੋਰਡ ਤੋਂ ਫਿਕਸ ਅਮਾਊਂਟ ਆਉਣੀ ਹੁੰਦੀ ਹੈ, ਇਹ ਤੁਹਾਡੀ ਹੈ, ਅਸੀਂ ਪੇਪਰਾਂ 'ਤੇ ਸਾਈਨ ਕਰ ਲਿਆ, ਸਾਨੂੰ ਤੁਸੀਂ ਦਿਓ ਕਰਜ਼ਾ 10000 ਕਰੋੜ ਰੁਪਈਆ, ਅਸੀਂ ਕਰਨੇ ਕਿਸਾਨਾਂ ਦੇ ਕਰਜ਼ੇ ਮਾਫ਼। ਅਤੇ ਉਦੋਂ ਜਿਹੜੇ ਥੋੜ੍ਹੇ ਥੋੜ੍ਹੇ ਸੁਸਾਇਟੀਆਂ ਦੇ ਸਹਿਕਾਰਤਾ ਬੈਂਕਾਂ ਦੇ 50000, 30000, 60000 ਹੋਏ ਸੀ ਨਾ, ਮਨਪ੍ਰੀਤ ਬਾਦਲ ਜੀ ਨੇ ਕੀਤੇ ਸੀ, ਕੈਪਟਨ ਸਾਹਿਬ ਨੇ ਵਾਅਦਾ ਪੂਰਾ ਕੀਤਾ ਸੀ ਪੋਸਟਰਾਂ ਦੇ ਲਈ ਕਿ ਕਰਜ਼ਾ ਮਾਫ਼ ਕੀਤਾ, ਉਹ ਇਸ ਤਰੀਕੇ ਨਾਲ ਕੀਤਾ ਗਿਆ ਸੀਗਾ। ਕਹਿੰਦੇ ਨਾ ਕਿ ਸਾਡੀਆਂ ਜੁੱਤੀਆਂ ਸਾਡਾ ਹੀ ਸਿਰ, ਤੇ ਉਹ ਵੀ 10000 ਕਰੋੜ ਰੁਪਈਆ ਕਿਸਾਨਾਂ ਤੇ ਨਹੀਂ ਲਾਇਆ, ਉਹ ਚੋ 6000 ਕਰੋੜ ਰੁਪਈਆ ਕਰਜ਼ਾ ਮਾਫ਼ੀ 'ਚ ਲੱਗਿਆ ਸੀ, ਬਾਕੀ ਇੱਧਰ ਉੱਧਰ ਖੱਲਾਂ ਖੂੰਜਿਆਂ 'ਚ। ਸਰਕਾਰ ਦੇ ਖਰਚੇ ਬਹੁਤ ਹੁੰਦੇ ਆ, ਤਨਖਾਹਾਂ ਦੇ ਵਿੱਚ ਲੱਗ ਜਾਂਦੇ ਨੇ ਪੈਸੇ, ਚਲੋ ਮੈਂ 'ਚ ਨਹੀਂ ਜਾਂਦਾ। ਹੁਣ ਉਹ ਕਹਿੰਦੇ ਕਿ ਲਿਆਓ ਭਾਈ ਕਿਹੜੀ ਅਮਾਊਂਟ ਹੈ, ਕੀ ਗਰੰਟੀ ਕੀ ਧਰਦੇ ਹੋ, ਗਰੰਟੀ ਹੈ ਨਹੀਂ। ਉਹ ਕਹਿੰਦੇ ਜੀ ਅਸੀਂ 10% ਵਿਆਜ 'ਤੇ ਦੇਵਾਂਗੇ। ਹੁਣ ਪ੍ਰਾਈਵੇਟ ਬੈਂਕ 3 ਮੰਨੇ ਨੇ, ਸਾਰੇ ਨਹੀਂ ਮੰਨੇ ਜੀ। ਸਵਾਲ ਇਹ ਹੈ ਗੁਰਸੇਵਕ ਕਿ ਜਦੋਂ 10% ਲਾਓਗੇ ਉਦੋਂ ਗਰੰਟੀ ਕਿੱਥੇ ਹੈ, ਉਦੋਂ ਗਰੰਟੀ ਪੈਦਾ ਹੋ ਗਈ ਜੀ? ਨਹੀਂ, ਉਹਨਾਂ ਨੂੰ ਪਤਾ ਹੈ ਕਿ ਇੱਕ ਇਹ ਸਿਚੁਏਸ਼ਨ ਰੈਡੀ ਕਰ ਦਿਓ ਕਿ ਇਹ 10 ਦੇ ਉੱਤੇ ਐਗਰੀ ਕਰਨ ਕਿ ਚਲੋ ਠੀਕ ਹੈ ਯਾਰ, ਸਾਡੇ ਕੋਲ ਤਾਂ ਗਰੰਟੀ ਵੀ ਹੈ ਨਹੀਂ, ਜੇ 10 'ਤੇ ਮਿਲਦਾ ਠੀਕ ਹੈ। ਵਾਪਸ ਆ ਗਏ, ਇਹ ਕਹਿੰਦੇ ਜੀ ਨਬਾਰਡ ਨੂੰ ਪੁੱਛ ਲਈਏ, ਜਿਹੜਾ ਸਾਰੇ ਹੀ ਰਾਜਾਂ ਨੂੰ 7% ਦੇ ਉੱਤੇ
ਜਿਹੜਾ ਪੈਸਾ ਦਿੰਦਾ 7% ਇੰਟਰਸਟ ਦੇ ਉੱਤੇ, ਉਹ ਕਹਿੰਦੇ ਯਾਰ 8.3 ਕਹਿੰਦਾ ਪਾਓ 8.5% ਦੇ ਕਰੀਬ ਜਾ ਕੇ ਤੁਹਾਨੂੰ ਦੇਵਾਂਗੇ। ਹੁਣ ਇਹ ਸਿਚੁਏਸ਼ਨਾਂ ਨੇ ਜਿਹਦੇ ਵਿੱਚ ਅੱਜ ਪੰਜਾਬ ਦਾ ਮੰਡੀਕਰਨ ਬੋਰਡ ਫਸਿਆ ਹੋਇਆ ਹੈ, ਜਿਹੜਾ ਸਭ ਤੋਂ ਸਟਰੋਂਗ ਸਿਸਟਮ ਮੰਨਿਆ ਜਾਂਦਾ ਸੀ ਭਾਰਤ ਦਾ ਜੀ। ਯਾਰ ਪੰਜਾਬ ਵਰਗਾ ਮੰਡੀਕਰਨ ਬੋਰਡ ਐਗਜ਼ਾਮਪਲ ਸੀ ਕਿ ਜੇਕਰ ਤੁਸੀਂ ਕਿੱਥੋਂ ਜਿਨਸ ਇਕੱਠੀ ਕਰਨੀ ਹੈ ਨਾ, ਜੇ ਕਿਸੇ ਥਾਂ ਦੇ ਉੱਤੋਂ ਤੁਸੀਂ ਪੈਦਾਵਾਰ ਕਰਨੀ ਹੈ ਤਾਂ ਸਿਸਟਮ ਤੁਹਾਨੂੰ ਆਹ ਦੇਣਾ ਪੈਣਾ। ਅੱਜ ਹੁਣ ਤੋਂ ਥੋੜ੍ਹਾ ਵਕਤ ਹੀ ਪਹਿਲਾਂ ਹਰਪਾਲ ਚੀਮਾ ਜੀ ਨੇ, ਜਾਂ ਮੈਂ ਕਹਿ ਦੇਵਾਂ ਕਿ ਜਿੱਥੇ ਭਾਜਪਾ ਦੀ ਸਰਕਾਰ ਨੇ, ਗੈਰ ਭਾਜਪਾ ਦੀਆਂ ਸਰਕਾਰਾਂ, ਉਹਨਾਂ ਨੇ ਬੈਠ ਕੇ ਮੀਟਿੰਗ ਕੀਤੀ ਹੈ ਜੀ। ਮੀਟਿੰਗ ਵਿੱਚ ਕਹਿੰਦੇ ਜੀ ਸਾਡੇ ਬਹੁਤ ਸਾਰੇ ਫੰਡ ਕੇਂਦਰ ਨੇ ਰੋਕੇ ਨੇ, ਅਸੀਂ ਕਰਜ਼ਿਆਂ 'ਚ ਜਾਈ ਜਾਂਦੇ ਹਾਂ, GST ਦੇ ਵਿੱਚ ਸਾਨੂੰ ਸਾਡਾ ਹਿੱਸਾ ਮਿਲਿਆ ਨਹੀਂ। ਪਹਿਲੀ ਗੱਲ ਤਾਂ ਤੁਸੀਂ ਜਦੋਂ ਮੰਗ ਕਰਦੇ ਹੋ, ਮੰਗ ਹੀ ਸਹੀ ਨਹੀਂ ਕਰ ਰਹੇ। ਮੈਂ ਕਹਿੰਦਾ ਕਿ ਹਿੱਸਾ ਮਿਲੇ ਵਾਲੀ ਗੱਲ ਨਹੀਂ, ਮੰਗ ਕਰੋ ਪੱਛਮੀ ਬੰਗਾਲ ਵਾਂਗੂ। ਉਹ ਕਹਿੰਦੇ ਕਿ GST ਦੇ ਉੱਤੇ ਕੇਂਦਰ ਦਾ ਤਾਂ ਹੱਕ ਹੀ ਨਹੀਂ, ਹੱਕ ਹੈ ਰਾਜ ਦਾ। ਰਾਜ ਆਪਣੇ ਆਪ ਵਿੱਚ ਸੰਵਿਧਾਨਕ ਬਾਡੀ ਹੈ, ਜਿਵੇਂ ਉੱਥੇ ਲੋਕ ਸਭਾ ਹੈ, ਇੱਥੇ ਪੈਰਲਰ ਸਾਡੀ ਵਿਧਾਨ ਸਭਾ ਚੱਲਦੀ ਹੈ, ਪੂਰੇ ਦਾ ਪੂਰਾ ਢਾਂਚਾ ਹੈ। ਅਸੀਂ GST ਨੂੰ ਲਾਵਾਂਗੇ, ਵਧਿਆ ਹੋਇਆ 20% ਵੱਜੇ 10 ਵੱਜੇ ਉਹ ਕੇਂਦਰ ਨੂੰ ਦੇਵਾਂਗੇ ਜੀ। ਰਾਜ ਨੇ ਪ੍ਰਬੰਧ ਕਰਨਾ ਰਾਜਾਂ ਦਾ, ਤੇ ਜਦੋਂ ਸਾਰੇ ਰਾਜਾਂ ਦਾ ਰਾਜਾਂ ਨੇ ਪ੍ਰਬੰਧ ਕਰ ਲਿਆ, ਤੇ ਕੇਂਦਰ ਨੂੰ ਤਾਂ ਪ੍ਰਬੰਧ ਕਰਨ ਦਾ ਫਿਕਰ ਕਰਨ ਦੀ ਲੋੜ ਹੀ ਨਹੀਂ। ਉਹ 60% GST ਰੱਖ ਕੇ 40% ਵਾਪਸ ਕਰ ਰਿਹਾ ਜੀ, ਉਹਦੇ ਪਿੱਛੇ ਨੀਤੀ ਕੀ ਹੈ? ਚਲੋ ਖੈਰ ਗੱਲ ਤੁਰੀ ਹੈ, ਨੈਰੇਟਿਵ ਬਣੂਗਾ, ਕੇਂਦਰ 'ਤੇ ਪ੍ਰੈਸ਼ਰ ਬਣੂਗਾ, ਹੋ ਸਕਦਾ ਕਿ ਗੈਰ ਭਾਜਪਾ ਵਾਲੇ ਰਾਜਾਂ ਬਾਰੇ ਕੇਂਦਰ ਸੋਚੇ, ਪਰ ਇੱਕ ਵਾਰੀ ਗੁਰਸੇਵਕ ਮੰਡੀਕਰਨ ਬੋਰਡ ਕਸੂਤਾ ਫਸਿਆ ਹੋਇਆ ਅਤੇ ਝੋਨੇ ਦੀ ਫਸਲ ਚੱਕਣ ਦੇ ਵਿੱਚ ਦਿੱਕਤਾਂ ਆ ਸਕਦੀਆਂ ਜੀ। ਖਬਰ ਤਾਂ ਜੀ ਮਨਪ੍ਰੀਤ ਸਿੰਘ ਬਾਦਲ ਹੋਣਾ ਦੀ ਵੀ ਸੀ ਕਿ ਕਹਿੰਦੇ ਉਹਨਾਂ ਦੇ ਮਕਾਨ ਦਾ ਨਕਸ਼ਾ ਜਿਹੜਾ ਰੱਦ ਹੋ ਗਿਆ। ਖੈਰ ਔਖਾ ਹੁੰਦਾ ਜੀ ਐਡੇ ਲੋਕਾਂ ਨੂੰ ਨਕਸ਼ੇ ਨੁਕਸ਼ੇ ਪਾਸ ਕਰਾਉਣਾ। ਫਿਰ ਮਿਲਾਂਗੇ ਜੀ, ਉਦੋਂ ਤੱਕ ਲਈ ਧੰਨਵਾਦ ਜੀ, ਸ਼ੁਕਰੀਆ। ਇਹ ਸੀ ਜੀ ਸਾਡੀ ਇਸ ਹਫ਼ਤੇ ਦੀ ਆਖਰੀ ਕਿਸ਼ਤ। ਇਸ ਤੋਂ ਬਾਅਦ ਮਿਲਦੇ ਹਾਂ ਸੋਮਵਾਰ। ਕਮੈਂਟਾਂ ਦੇ ਵਿੱਚ ਆਪਣੇ ਸੁਝਾਅ ਜ਼ਰੂਰ ਦੇਣਾ, ਔਰ ਜੇਕਰ ਤੁਸੀਂ ਕੋਈ ਰਾਬਤਾ ਬਣਾਉਣਾ ਚਾਹੁੰਦੇ ਹੋ ਤਾਂ ਕਮੈਂਟਾਂ ਦੇ ਵਿੱਚ ਸਾਡਾ ਨੰਬਰ ਜ਼ਰੂਰ ਪਿੰਨ ਕੀਤਾ ਹੁੰਦਾ ਜੀ। ਵੇਖਦੇ ਰਹੋ ਵਿਰਾਸਤ TV, ਸਾਡੀ ਵਿਰਾਸਤ ਸਾਡੀ ਪਹਿਚਾਣ।